ਪੰਜਾਬ ਦੇ ਆ ਕਿਰਸਾਨਾ ਤੂੰ ਸ਼ਿਫਟਾ ਨਾਲ ਮੱਥਾ ਲਾ ਲਿਆ। ਉਹ ਲੈ ਯਾਰ ਆ ਗਿਆ ਭਰਾ, ਉਹ ਹਿੱਲ ਲਿਆ ਕਰ ਯਾਰ, ਆ ਜਾ ਹੁਣ। ਉਹ ਆ ਗਿਆ ਯਾਰ। ਜਿੰਦਰ ਕਿੰਨਾ ਕੁ ਚਿਰ ਦਿਹਾੜੀਆਂ ਕਰਾਂਗੇ ਯਾਰ ਆਪਾਂ? ਰਾਖ ਰੁਕ ਮਿਲਦੀ ਰਹੀ ਨਾ, 10-15 ਸਾਲ ਨਹੀਂ ਮਰਦੇ। ਬਾਪੂ ਦਾ ਫੋਨ ਆ ਗਿਆ ਯਾਰ, ਦੇ ਦਿਹਾੜੀਆਂ ਦਾ ਹਿਸਾਬ। ਡੈਡੀ ਪੈਰੀ ਪੈਂਦਾ? ਉਹ ਪੈਰੀ ਤਾਂ ਮੈਂ ਪੈਣ ਡਿਆ ਉਹਨਾਂ ਲੋਕਾਂ ਦੇ ਜਿਨ੍ਹਾਂ ਕੋਲ ਕਰਜ਼ਾ ਲੈ ਕੇ ਤੈਨੂੰ ਬਾਹਰ ਘੱਲਿਆ। ਡੈਡੀ ਗੱਲ ਤੇ ਤੁਹਾਡੀ ਠੀਕ ਹੈ, ਪਰ ਕਹਿਣ ਦਾ ਭਾਵ ਆ ਕਿ ਕਰੀਏ ਕੀ? ਮੈਂ ਤੇ ਹੁਣ ਵੀ ਕੰਮ ਤੇ ਆ। ਐ ਕਰ, ਵੀਡੀਓ ਕਾਲ ਆ, ਉਹ ਪਤਾ ਤਾਂ ਲੱਗੇ ਕੰਮ ਤੇ ਆ ਕਿ ਬੈੱਡ ਤੇ। ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਆ? ਉਹ ਤੂੰ ਮੇਰੇ ਮੂੰਹ ਜ਼ਰੂਰ ਸੁਣਨਾ, ਤੈਨੂੰ ਪਤਾ ਨਹੀਂ। ਲਾ ਵੀਡੀਓ ਕਾਲ। ਆ ਵਿੱਚੋਂ ਚੁੱਕ ਲਓ ਹੁਣ। ਹਾਂਜੀ, ਦਿਹਾੜੀਆਂ ਲਿਖਾ, ਕਿੰਨੀਆਂ ਲੱਗੀਆਂ ਪਿਛਲੇ ਹਫ਼ਤੇ? 4 ਦਿਹਾੜੇ ਲੱਗੇ ਮੇਰੇ ਡੈਡੀ। ਉਹ ਪੈਸੇ ਤੂੰ 3 ਦੇ ਭੇਜੇ ਆ? ਡੈਡੀ ਖਾਵਾਂ ਨਾ ਕੁਝ, ਮਰ ਜਾ। ਉਹ ਯਾਰ ਬਿੱਲੇ 5 ਨਹੀਂ ਲੱਗੀਆਂ ਦਿਹਾੜੀਆਂ? ਉਹ ਭਰਾਵਾ ਤੇਰੀ ਨਹੀਂ ਪੁੱਛੀਆਂ, ਡੈਡੀ ਮੇਰੇ 4 ਹੀ ਲੱਗੀਆਂ। ਇਹਦੀਆਂ 5 ਕਿਵੇਂ ਲੱਗੀਆਂ ਬਈ? ਉਹ ਡੈਡੀ ਛੱਡੋ ਭਰਾ ਆਪਣਾ, ਇਹਨੇ ਪੱਗਾ ਕਰਾਉਣਾ ਆਪਾਂ ਨੂੰ। ਆ ਗੱਲ ਕਰਾਂਗਾ ਮੇਰੀ ਇਹਦੇ ਨਾਲ। ਜਿੰਦਰ ਸਤਿ ਸ੍ਰੀ ਅਕਾਲ ਅੰਕਲ। ਕਾਕਾ ਤੂੰ ਆਪ ਪੱਕਾ ਇੱਥੇ? ਯਾ ਯਾ ਯਾ, ਬ੍ਰਿਟਿਸ਼ ਪਾਸਪੋਰਟ। ਅੱਛਾ, ਆ ਬਿੱਲੇ ਨੂੰ ਫੋਨ ਦੇਖਾ। ਹਾਂਜੀ। ਉਹ ਯਾ ਯਾ, ਤੂੰ ਮੈਨੂੰ ਸਿਰੇ ਦਾ ਠੱਗ ਲੱਗਣ ਡਿਆ ਏ, ਬਚ ਕਰੀ ਇਹਦੇ ਕੋਲੋਂ। ਉਹ ਮੈਂ ਤੈਨੂੰ 15 ਲੱਖ ਰੁਪਏ ਕਰਜ਼ਾ ਲੈ ਕੇ ਬਾਹਰ ਘੱਲਿਆ ਸੀ ਤੇ ਤੂੰ 2 ਸਾਲਾਂ 'ਚ ਸਿਰਫ 3 ਲੱਖ ਰੁਪਏ ਵਾਪਸ ਕੀਤਾ। ਭੇਜੀ ਤੇ ਜਾਣਾ ਡੈਡੀ, ਹੁਣ ਡਾਕਾ ਮਾਰ ਲਾ। ਨਾ ਨੱਥੂ ਤਾਂ ਮੁੰਡਾ ਡਾਕਾ ਮਾਰ ਕੇ ਕੋਠੀ ਪਾਉਣ ਡਿਆ, ਤੇਰੇ ਨਾਲ ਹੀ ਬਾਹਰ ਘੱਲਿਆ ਸੀ। ਓਏ ਮੈਂ ਇੱਥੇ ਪਾਣੀ ਜਮਾ ਜਮਾ ਕੇ ਵੇਚਦਾ ਤੇ ਤੂੰ ਉਹ ਤੂੰ ਯੂ ਕੁਝ ਡੱਕਾ ਨਹੀਂ ਤੋੜ ਸਕਿਆ? ਗਫਾ ਆ ਗਿਆ। ਹੈਲੋ, ਬਸ ਆਫਿਸ ਬੈਠਾ ਸੀ, 2-3 ਈਮੇਲਾਂ ਕਰਨੀਆਂ। ਈਮੇਲਾਂ ਕਰ ਰਹੇ ਕਿ ਚੀਰ ਰਿਹਾ? ਆਰਾ ਬੰਦ ਕਰ। ਹਾਂ ਦੱਸ। ਤੂੰ ਪੱਕਾ ਹੋਣਾ ਸੀ ਨਾ? ਪੱਕੇ ਹੋਣਾ ਸੀ ਕੀ ਮਤਲਬ? ਹਲੇ ਵੀ ਹੋਣਾ ਹੀ ਆ ਪੱਕੇ। ਇਹ ਕੁੜੀ ਆ, ਪੈਸੇ ਲੈ ਕੇ ਪੱਕਾ ਕਰਾਊਗੀ, ਤੂੰ ਦੇ ਦੇਂਗਾ ਪੈਸੇ? ਯਾ ਯਾ ਯਾ, ਸਾਊਂਡਸ ਗੁੱਡ। 5 ਵਜੇ ਆ ਜਾਏਗਾ ਅੱਜ ਮੇਰੇ ਕੰਮ ਤੇ? 5 ਵਜੇ ਲੇਟ ਨਹੀਂ ਹੋਜੂਗਾ? ਪਹਿਲਾਂ ਰੱਖ ਲਈ 6,500। ਚੱਲ ਠੀਕ ਹੈ, ਓਕੇ ਬਾਏ, ਮਿਲਦੇ ਹਾਂ। ਕੀ ਕਹਿੰਦਾ, ਨਹੀਂ ਆ ਸਕਦਾ? 4:30 ਆ ਰਿਹਾ। ਉਹਨੇ PR ਲੈਣੀ ਹੈ, ਟੱਬਰ ਨਹੀਂ ਪਾਲਣਾ ਯਾਰ। ਇੱਥੇ ਮੁੰਡੇ ਕਰਾ ਲੈਂਦੇ ਆ, ਪਰ ਮੈਨੂੰ ਜਿੰਦਰ ਦਾ ਪਤਾ ਨਾ, ਉਹਨੇ ਨਹੀਂ ਕਰਾਉਣਾ। ਆਨ ਸਰ ਨਾ ਕਹੂਗਾ, ਨਾਲ ਸੁਣਾ ਕੇ ਜਾਊਗਾ ਉਹ ਅਲੱਗ। ਫਿਰ ਤੂੰ ਹੀ ਸੁਣੀ ਆਪਣੀ ਉਸਤਾਦ ਦੀਆਂ ਗਾਲਾਂ। ਕਿੱਦਾਂ, ਕਿਵੇਂ ਲੱਗ ਰਿਹਾ? ਮੈਂ ਜੈਕਟ ਪਾਈ ਰੱਖਾਂਗੇ, ਲਾਵਾਂ? ਨਹੀਂ, ਪਾਈ ਰੱਖ। ਕਿੱਥੇ ਕੁੜੀ? ਬੱਚਾ ਉਹਦਾ ਹੀ ਆ, ਬੇਇੱਜ਼ਤੀ ਕਰਾਉਣੀ ਆ ਬਸ ਤੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਜਿੰਦਰ। ਇਹਨਾਂ ਦੱਸਿਆ ਹੋਣਾ ਮੇਰੇ ਬਾਰੇ, ਇਹ ਆਪਣਾ ਬੇਬੀ? ਓਏ 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 ਓਏ, ਹਾਂ ਓਏ ਓਏ, ਕੀ ਨਾਂ ਇਹਦਾ? ਅਵੀ। ਅਵੀ, ਓਕੇ, ਸਭ ਕੁਛ ਡਨ ਕਰੋ। ਓਏ ਕਿੱਦਾਂ? ਉਹਨਾਂ ਵੱਲੋਂ ਤਾਂ ਡਨ ਹੀ ਆ, 15,000 ਪਾਉਂਡ ਦੇ ਦੀ, 5 ਪਹਿਲਾਂ ਤੇ 10 ਬਾਅਦ ਚੋਂ। To the club in my brown white Chevy, in my brown white Chevy, going to the club in my brown white Chevy, in my brown white Chevy, going to the club in my brown white Chevy, in my brown white Chevy, going to the club in my brown white Chevy, in my brown white Chevy. Grind a thug in a bowl, like I can get you anything you want, boy, just holla. To the club in my brown white Chevy, in my brown white Chevy, rolling to the club in my brown white Chevy, in my brown white Chevy, rolling to the club in my brown white Chevy, in my brown white Chevy, rolling to the club in my brown white Chevy. Parminder, Puller sahab, tu hi te 2 din baad nahi hona, aaram na aa jande, main piche saamte reh si sara kam. ਉਹ ਤਾਂ ਠੀਕ ਆ, ਆ ਤੁਹਾਨੂੰ ਕਿਤੇ ਨਹੀਂ ਲੱਗ ਰਿਹਾ ਮੈਂ ਕੰਮ ਤੇ ਦਾਰੂ ਪੀ ਰਿਹਾ? ਲੱਗ ਨਹੀਂ ਰਿਹਾ, ਮੈਂ ਦੇਖ ਰਿਹਾ। ਤੇਰਾ ਵਿਕਰਮ ਤੇ ਕਹਿੰਦਾ ਸੀ ਮੁੰਡਾ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ, ਤੇ ਤੂੰ ਦਿਨ ਦਿਹਾੜੇ ਇੱਥੇ ਡੱਫਣ ਡਿਆ। ਅਖੇ ਕਰੈਕਟਰ ਬਹੁਤ ਚੰਗਾ ਮੁੰਡੇ ਦਾ, ਦੇਖ ਲਓ ਇਹਨਾਂ ਦਾ ਕਰੈਕਟਰ ਕੀ ਹੋਇਆ ਮੇਰੇ ਕਰੈਕਟਰ ਨੂੰ। ਤੁਹਾਨੂੰ ਤੇ ਮੈਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਇੰਨੀ ਠੰਡ 'ਚ ਮੈਂ ਆਪਣੇ ਪੱਲਿਓ ਪੀ ਕੇ ਕੰਮ ਕਰ ਰਿਹਾ, ਨਾਲੇ ਪੀ ਵੀ ਕਿੰਨੀ ਕੁ ਲਈ।
निकी जी ते बोतला हाले ते मेरा काम ही नहीं गिला होया। तेरे कां गिले करन दे चक्कर च मैं अपना लाइसेंस नहीं कैंसल कराउणा। ते खड़ा किदां तू मेरे सामने एक्चुअली किवें जिवें खड़ी दा उवें खड़ा जी। मैं तेनू हुणे कढदा नौकरी चो ते फिर तुहाडी नौकरी दे चक्कर च मैं अपना खड़े होण दा तरीका ते बदल नहीं सकदा। ਹਾਂਜੀ ਡਿਸਪੈਚਰ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਜਨਾਬ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜਨਾਬ? ਬਾਈ ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਸਾਡੇ ਟਰੱਕਾਂ ਨੂੰ ਪਿਛਲਾ ਸਾਰਾ ਹਫ਼ਤਾ ਬਿਜ਼ੀ ਰੱਖਿਆ। ਯਾਰ ਮਿਹਰਬਾਨੀ ਕਾਹਦੀ, ਇਹ ਤਾਂ ਫਰਜ਼ ਬਣਦਾ ਮੇਰਾ। ਨਹੀਂ ਤੁਸੀਂ ਕੱਢੋ ਨਾ ਸਮਾਂ, ਦੋ ਸਾਨੂੰ ਟਾਈਮ, ਅੱਜ ਮੁੰਡਿਆਂ ਨੇ ਡਿਨਰ ਰੱਖਿਆ ਹੋਇਆ, ਆਓ ਆਪਾਂ ਚੱਲ ਕੇ ਡਿਨਰ ਕਰਦੇ ਹਾਂ। ਉਹ ਅੱਜ ਤਾਂ ਮੈਂ ਪਹਿਲਾਂ ਹੀ ਲੇਟ ਹਾਂ, ਘਰੇ ਘਰ ਵਾਲੀ ਵੇਟ ਕਰੀ ਜਾਂਦੀ ਹੈ, ਬੱਚੇ ਵੇਟ ਕਰੀ ਜਾਂਦੇ, ਉਹ ਖਾਣਾ ਨਹੀਂ ਨਾ ਖਾਂਦੇ ਮੇਰੇ ਤੋਂ ਬਿਨਾਂ। ਡੈਫੀਨੇਟਲੀ ਮਿਲਦੇ ਵੀਰੇ ਆਪਾਂ, ਲੰਚ ਕਰਦੇ ਹਾਂ ਕਿਸੇ ਦਿਨ ਆਪਾਂ, ਠੀਕ ਹੈ? ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਮਿੱਤਰਾਂ ਨੂੰ ਇੰਜ ਲੱਗਦਾ ਸਜਰੇ ਚੱਲੇ ਮੁੱਕ ਲਾਵੇ, ਮਿੱਤਰਾਂ ਨੂੰ ਇੰਜ ਲੱਗਦਾ। Dad, Agam's on his phone at the dining table. Agam, Agam bete, dining table te gadgets nahi, okay? Mom, I'm hungry. Main bhi re to hor hungry ha. Yaar tuhanu ta 1 ghanta hoya donut khadya nu, zara mere bare socho na. Khap paundi koi lod nahi, nale main bhi ta kam to thakki aayi ha. Ek ta grocery store de counter te khade ho ke meri latta sun ho gayi ha, upro thoda rola. Relax Preet. ਕੀ ਰਿਲੈਕਸ, ਡੱਕਾ ਤੋੜ ਕੇ ਕੋਈ ਰਾਜੀ ਨਹੀਂ ਇਸ ਘਰ 'ਚ। ਜੇ ਇੰਨੀ ਕਾਹਲੀ ਸੀ ਤਾਂ ਪਿਓ ਪੁੱਤ ਕੋਈ ਸਬਜ਼ੀ ਬਣਾ ਦਿੰਦੇ, ਕੋਈ ਸੈਲਡ ਕੱਢ ਦਿੰਦੇ ਮੇਰੇ ਲਈ। ਡੈਡ, ਨੋ ਗੈਜਟਸ, ਨੋ ਗੈਜਟਸ। ਏਕਮ, ਜੇ ਤੇਰਾ ਉਹ ਦੋਸਤ ਹੈ ਨਾ ਕੈਥੀ ਦਾ ਮੁੰਡਾ, ਉਹਨੂੰ ਕਈ ਬੂਟ ਬਾਹਰ ਲਾ ਕੇ ਆਏ, ਮੈਂ ਸਵੇਰੇ ਵੈਕਿਊਮ ਕੀਤਾ ਹਜੇ। ਪੰਮੇ ਤੂੰ ਆ ਵੀ ਗਿਆ? ਕੀ ਆ ਯਾਰ, ਕਿਹੋ ਜਿਹੇ ਕੰਮ ਲਾਤਾ ਤੁਸੀਂ ਮੈਨੂੰ? ਇਹਦੇ ਨੂੰ ਚੰਗਾ ਸੀ ਮੈਂ ਪਿੰਡ ਪੱਠੇ ਵੜ ਲੈਂਦਾ। ਕੀ ਹੋਇਆ? ਉਹਦਾ ਭੁੱਲਰ ਜਿਹਾ ਨਾ, ਉਹਦੇ ਮੈਂ ਡਾਂਗਾਂ ਫੇਰਨੀਆਂ ਸੀ ਅੰਮ੍ਰਿਤਸਰ ਹੁੰਦਾ ਦੇ। ਭੁੱਲਰ ਦੀ ਤਾਂ ਮੈਂ ਖਬਰ ਲੈਣੀ ਆ, ਉਹਦੀ ਜਨਾਨੀ ਮਿਲਿਆ ਤਾਂ ਸਹੀ ਮੈਨੂੰ। ਛੱਡ ਯਾਰ, ਅੱਜ ਦਿਨ ਹੀ ਮਾੜਾ ਚੜਿਆ, ਸਵੇਰ ਦਾ ਖਾਧਾ ਵੀ ਨਹੀਂ ਕੁਝ। ਤੂੰ ਕੁਝ ਖਾਧਾ ਨਹੀਂ? ਰੁਕ ਜਾ ਰੁਕ ਜਾ, ਪਤਾ ਨਹੀਂ ਇਹੋ ਜਿਹੇ ਲੋਕਾਂ ਨੂੰ ਵੀਜ਼ਾ ਕੌਣ ਦੇ ਦਿੰਦਾ ਕੈਨੇਡਾ ਦਾ। ਡੈਡ, ਇਹਨਾਂ ਵੀਜ਼ਾ ਕਿਹਨੇ ਦਿੱਤਾ? ਆਲਾ ਚਿਕਨ ਖਾ ਲੈ, ਰੋਟੀ ਬਣ ਚੱਲੀਏ ਬਸ। ਸਾਨੂੰ ਵੀ ਮਿਲ ਸਕਦਾ ਕੁਝ ਖਾਣ ਨੂੰ ਕਿ ਨਹੀਂ? ਤੁਸੀਂ ਪਹਿਲਾਂ ਭੁੱਲਰ ਨੂੰ ਫੋਨ ਲਾਓ। ਜੀ ਜੀ, ਹਾਂਜੀ, ਚਲੋ ਭੁੱਲਰ ਸਾਹਿਬ ਹੁਣ ਮਿੱਟੀ ਪਾਓ ਇਸ ਗੱਲ 'ਤੇ, ਨਾਲੇ ਆਪਣਾ ਪਿਆਰ ਕਿਤੇ ਅੱਜ ਦਾ ਭੁੱਲਰ ਸਾਹਿਬ। ਚਲੋ ਮੈਂ ਸੋਰੀ ਕਹਿ ਦਿੰਦਾ, ਠੀਕ ਹੈ? ਓਕੇ ਓਕੇ, ਬਾਏ। ਤੁਸੀਂ ਕਾਹਨੂੰ ਮਾਫ਼ੀ ਮੰਗੀ ਜਾਂਦੇ ਹੋ ਭੁੱਲਰ ਤੋਂ? ਕਿਉਂਕਿ ਤੇਰੇ ਭਰਾ ਨੇ ਤਾਂ ਮਾਫ਼ੀ ਮੰਗਣੀ ਨਹੀਂ, ਦਾਰੂ ਪੀ ਰਿਹਾ ਸੀ ਕੰਮ 'ਤੇ। ਹੁਣ ਚੁੱਪ ਕਰਕੇ ਸੌਂ ਜਾਓ ਸਾਰੇ, ਪਾਲਾ ਬਾਲਾ ਪੈਂਦਾ ਹੈ ਬਾਹਰ, ਝੱਲਾ ਠੰਡ ਦੀ ਦਵਾਈ ਸਮਝ ਕੇ ਪੀ ਗਏ ਹੁਣ। ਹਾਂ, ਠੰਡ ਤਾਂ ਉੱਥੇ ਦਾਰੂ ਦਾ ਉਤਰਦੀ ਹੈ ਨਾ। Dad, you can solve your issues later. ਪਰ ਸਾਨੂੰ ਇਹ ਦੱਸੋ ਕਿ ਮਾਮਾ ਸਾਡਾ ਕਮਰਾ ਕਦੋਂ ਛੱਡੂਗਾ? 20 ਦਿਨ ਹੋ ਗਏ ਆ ਮਾਮਾ ਸਾਡਾ ਕਮਰਾ ਮਾਲ ਕੇ ਬੈਠਾ ਆ। ਸਾਨੂੰ ਵੀ ਪ੍ਰਾਈਵੇਸੀ ਚਾਹੀਦੀ ਆ। ਮੇਰੇ ਤੋਂ ਚਪੇੜਾ ਨਾ ਖਾ ਲਿਓ ਪ੍ਰਾਈਵੇਸੀ ਦਾ ਲੱਗਦੇ ਹੋ, ਨਾਲੇ ਹੌਲੀ ਬੋਲੋ। ਮੇਰਾ ਵੀਰ ਇੰਨਾ ਅਣਖੀ ਹੈ ਨਾ, ਜੇ ਉਹਨੂੰ ਸੁਣ ਗਿਆ ਨਾ ਉਹਨੇ ਹੁਣੇ ਘਰ ਛੱਡ ਕੇ ਚੱਲ ਜਾਣਾ। ਭੈਣੇ ਮੇਰੀ ਗੱਲ ਸੁਣ ਲਾ, ਮੈਂ ਇੱਥੇ ਕੋਈ ਚਾਹ ਨੂੰ ਨਹੀਂ ਰਹਿ ਰਿਹਾ, ਤੈਨੂੰ ਪਤਾ ਮੇਰੇ ਕਿੰਨੇ ਕਨੈਕਸ਼ਨ ਆ, ਸਾਰਾ ਖਾਲਸਾ ਕਾਲ ਟੋਰਾਂਟੋ ਬਿਠਾ। ਮੈਂ ਇੱਥੇ ਤਾਂ ਕਰਕੇ ਰਹਿ ਰਿਹਾ ਕਿ ਡੈਡ ਨੇ ਕਿਹਾ ਸੀ ਭੈਣ ਦਾ ਧਿਆਨ ਰੱਖਣਾ। ਚੰਗਾ, ਆਲੇ ਦੁੱਧ ਪੀ ਲੈ। ਆਪਣੇ ਪਿੰਡ ਵਾਲਾ ਜੱਗੀ ਰੋਜ਼ ਫੋਨ ਕਰਦਾ ਈ, ਆ ਜਾ ਮੇਰੇ ਟਰੱਕ ਸਾਂਭਲਾ। ਉਹ ਮੈਂ ਕਿਹਾ ਟਰੱਕ ਦਾ ਨੁਕਸਾਨ ਹੋਜੂਗਾ ਤੇ ਇੰਸ਼ੋਰੈਂਸ ਵਾਲੇ ਭਰ ਦੇਣਗੇ, ਭੈਣ ਦਾ ਨੁਕਸਾਨ ਹੋ ਗਿਆ ਤੇ ਕਿੱਥੋਂ ਭਰੂੰਗਾ, ਅੱਗੇ ਇੱਕੋ ਇੱਕ ਤੇ ਭੈਣ ਆ ਮੇਰੀ। ਆ ਮਿੱਠਾ ਕੋਈ ਜ਼ਿਆਦਾ ਹੀ ਨਹੀਂ ਪਾਤਾ ਤੂੰ? ਮੈਂ ਦੋ ਵਾਰੀ ਪਾਤਾ ਸੀ, ਮੈਂ ਕਿਹਾ ਘੱਟ ਨਾ ਰਹਿ ਜੇ। ਲੈ ਦੱਸ, ਨਾਲੇ ਤੈਨੂੰ ਨਾ ਮੇਰੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ, ਬਸ ਤੂੰ ਹੁਣ ਵਿਆਹ ਕਰਾ ਲੈ, ਅਸੀਂ ਨਨਾਣ ਭਰਜਾਈ ਇੱਕ ਦੂਜੇ ਦਾ ਧਿਆਨ ਆਪੇ ਰੱਖ ਲਾਂਗੇ। ਉਹ ਤੂੰ ਰਹਿਣ ਦੇ, ਅੱਗੇ ਜੀਜਾ ਨਹੀਂ ਸਾਹ ਲੈਣ ਦਿੰਦਾ, ਇੱਕ ਹੋਰ ਉਪਰਾ ਜੀ ਘਰੇ ਲਿਆ ਕੇ ਬਾਲੀਏ, ਹੋਰ ਰੱਟੇ ਨੂੰ ਫੜੇ ਰਹੀਏ। ਏਡਾ ਮਾੜਾ ਨਹੀਂ ਤੇਰਾ ਜੀਜਾ।
बीरे डैड थोड़ा कंफ्यूज नहीं लग रहा? हाँ यार, माँ पहला तो डैड ने डोमिनेट कर दी सी, हुण मामा नहीं साह लैण दिंदा। पुअर डैड, कोई होएगा मामे नूं बाहर कढ़न दा। घरों बाहर कढ़ना तो इम्पॉसिबल आ, कमरे च कढ़न दा एक तरीका आ। व्हाट? हंगर स्ट्राइक। हर कोई अपनी गल मनवाउण नूं हंगर स्ट्राइक ते जांदा ही आ। चलो चलो चलो, लेट हो गए। जे इन्ने वेले सी तां गड्डी धो दिंदे। हां चलो हुण, चलो चलो, लेट हो गए, लेट हो गए। Mom, you remember? You have to take me to my classmate Olivia's birthday party शाम नू। पुत्र मैं तो शाम नू लेट हो जाना, बाकी वर्कर छुट्टी तेने। मैं ना तेरे मामे नू कह दूंगी, ओ तेनु बर्थडे पार्टी ते ले जाऊगा, चंगा? नहीं, मैं नहीं मामे नाल जाना। पुत्र मामा वेला है करे, एवें बोर होगा, नाले ओ भी तेरे नाल हैप्पी बर्थडे टू यू गाऊगा। नीच मामा इन्ने वेला है, गड्डी तो आओ तो, कर दे कारपेट क्लीन करवाओ। भीरे दी गल सही है, डैडी सारा काम करदा करे। ਤੁਸੀਂ ਦੋਵੇਂ ਸ਼ਟ ਅਪ ਹੋ ਜਾਓ, ਮੇਰੇ ਤੋਂ ਚਪੇੜਾ ਨਾ ਖਾ ਲਿਓ। ਉਹ ਮਾਮਾ ਗੈਸਟ ਐਸ ਕਰਦਾ, ਨਾਲੇ ਬਹੁਤੀ ਗੱਲਾਂ ਨਹੀਂ ਏਕਮ, ਤੂੰ ਮਾਮੇ ਨਾਲ ਹੀ ਜਾ ਰਿਹਾ ਬਰਥਡੇ ਪਾਰਟੀ ਤੇ। ਚਲੋ ਬੈਠੋ ਹੁਣ ਗੱਡੀ 'ਚ, ਚਲੋ ਚਲੋ ਫਟਾਫਟ। ਕਿੱਦਾਂ ਟੌਰੈਗ ਨਹੀਂ ਜੱਟਦਾ? ਉਹ ਟਿੱਕੇ ਟੁੱਕੇ ਹੋਣਗੀਆਂ ਉੱਥੇ, ਭੁੱਖ ਬੜੀ ਲੱਗੀ ਯਾਰ। ਮਾਮਾ ਤੁਸੀਂ ਇੱਥੇ ਰਹੋ, ਮੈਂ ਵਾਸ਼ ਕਰਕੇ ਆਉਂਦਾ। ਉਹ ਭੈਣ ਨੇ ਕਿਹਾ ਤੈਨੂੰ ਇਕੱਲੇ ਨੂੰ ਨਹੀਂ ਛੱਡਣਾ। ਆਮ ਅ ਗਰੋਨ ਅਪ। ਤਾਂ ਹੀ ਤੇ ਇਕੱਲੇ ਨੂੰ ਨਹੀਂ ਛੱਡਣਾ। ਉਹ ਯਾਰ ਮੈਂ ਵੀ ਉੱਥੇ ਕੇਕ ਖਾਊਂ ਮਸਾ, ਤੇਰਾ ਜਾਂਦਾ ਕੁਝ ਨਹੀਂ। ਤੁਸੀਂ ਇੱਥੇ ਰਹੋ, ਮੈਂ ਕੇਕ ਬਾਹਰ ਲੈ ਆਊਂ। Happy birthday to you, happy birthday to you, तुम जियो हजारों साल, साल के दिन हो, 20,000 हमें क्या हो गया है, तुम्हारी याद सताती है, तुम्हारी याद सताती है। ओ प्रधान, ओए क्या हुआ? हुआ तो कुछ नहीं, वो एक मैं ना उसका मामा हूं मैं, तो वो तो बड़ी जिद कर रहा था कि अंदर आओ मेरे साथ। मैं क्या, बच्चों की पार्टी है, मैं क्या करूंगा जाके, मैं फिर मठा मठा अपना एंजॉय करने लग पाया। वह इलाका केड़ा अपना? तन तारन। वह आड़ा भी वही है। हैं ताड़ा भी वही है? फिर आप पंजाबी थे ना आज ये? ले उतरोगे फिर? मैं तो हमें भुलेखे जी दिन गुथम गुथा हो, मैं तो सतवीं तो बाद अज बोली थी। अब पीछे वड्डियां दी भी पार्टी चल रही है, आ जाओ। ओ नहीं, ओने विश करके आ जाना, दे ही चल दे फिर। आओ तो सही, आ जाओ। अच्छा
ਉਹ ਚੱਲੀ ਹੁਣ ਕਰ ਲਈਏ ਕੰਮ ਯਾਰ ਪੰਮੇ ਤੂੰ ਆਹ ਵੇਖ ਉੱਥੇ ਆਪਣੀ ਇੱਕ ਅੱਧੀ ਜ਼ਿੰਦਗੀ ਹੈ ਯਾਰ ਅਦੋ ਦੋ ਲਾ ਨਾ ਲਈਏ ਉਹ ਰਹਿਣ ਦੇ ਯਾਰ ਅੱਗੇ ਮੈਂ ਨੌਕਰੀ ਤੋਂ ਨਿਕਲ ਗਿਆ ਇਸੇ ਚੱਕਰ 'ਚ ਮਸਾਂ ਮਸਾਂ ਆ ਮਿਲੀ ਯਾਰ ਇਹ ਆਪਣਾ ਨਹੀਂ ਲੱਗਦਾ ਤੈਨੂੰ ਗੋਰੀ ਦਾ ਬੈਠਾ ਆਹ ਵੇਖੀਏ ਭਲਾ ਲੱਗਦਾ ਕਿਸੇ ਦਾ ਘਰ ਖਰਾਬ ਹੋ ਰਿਹਾ ਹੋਏ ਤੇ ਮੇਰੀ ਭੈਣ ਦਾ ਹੀ ਘਰ ਖਰਾਬ ਹੋ ਰਿਹਾ ਭਾਜੀ See you tomorrow. Small world, bro. ਆ ਕੀ ਹੈ ਚੱਕਰ ਭਾਈ ਸਾਹਿਬ ਕੁਛ ਨਹੀਂ ਹੋ ਰਿਹਾ ਉਦੋਂ ਤੁਹਾਡੇ ਡੈਡੀ ਨੇ ਮੰਗ ਕੇ ਰਿਸ਼ਤਾ ਲਿਆ ਹੁਣ ਆ ਕੰਮ ਮੇਰੀ ਗੱਲ ਤੁਸੀਂ ਸਕੂਟਰ ਮੰਗਿਆ ਸੀ ਬੁਲਟ ਲੈ ਕੇ ਦਿੱਤਾ ਪੰਮੇ ਇਹ ਮੇਰੀ ਚੁੱਪ ਨਹੀਂ ਲੰਮੀ ਹੈ ਜੀ ਹੈ ਸਭ ਸਮਝ ਰਿਹਾ ਮੈਂ ਆ ਜਿਹੜੀ ਮੈਚਿੰਗ ਕਰ ਕਰ ਪਾਈ ਨਾ ਸਮਝ ਰਿਹਾ ਮੈਂ ਰੀਡਿੰਗ ਚੁੱਪ ਜੀਜਾ ਮੇਰਾ ਮੇਰੀ ਭੈਣ ਹੀ ਭਗਤਣੀ ਆ ਜਿਹੜੀ ਅਰਦਾਸਾਂ ਕਰਦੀ ਰਹਿੰਦੀ ਹੈ ਤੁਸੀਂ ਘਰ ਚੱਲੋ ਸਹੀ ਮੈਂ ਦੱਸਦਾ ਤੁਹਾਨੂੰ ਪੰਮੇ ਤੂੰ ਗੱਲ ਕਿਉਂ ਨਹੀਂ ਸੁਣੀ ਆਪਣੇ ਭਾਜੀ ਦੀ ਡੈਨੀਅਲ ਭਾਜੀ ਆਈ ਐਮ ਸੌਰੀ ਹੀ ਡਿਡ ਨਾਟ ਨੋ ਕੀ ਡੋਂਟ ਨੋ ਬੰਦਾ ਘੱਟੋ ਘੱਟ ਗੱਲ ਤਾਂ ਸੁਣੇ ਸਮਝੇ ਜੋ ਮਰਜ਼ੀ ਬੋਲੀ ਜਾ ਰਿਹਾ ਸੀ ਲੋਕਾਂ ਸਾਹਮਣੇ ਪ੍ਰੀਤ ਲੋਕੀ ਇੱਕ ਸੈਕਿੰਡ ਲਾਉਂਦੇ ਆ ਲਾਈਵ ਹੋਣ ਲਈ ਮੁੜ ਕੇ ਲੋਕਾਂ ਨੇ ਇਹਦੀਆਂ ਗੱਲਾਂ 'ਤੇ ਯਕੀਨ ਕਰਨਾ ਸੀ ਮੇਰੀ ਸੁਣ ਲਈ ਸੀ ਕਿਸੇ ਨੇ ਪੰਮੇ ਸੂਜ਼ੀ ਤੇਰੇ ਭਾਜੀ ਦੀ ਬਿਜ਼ਨਸ ਪਾਰਟਨਰ ਆ ਉਹ ਭੈਣੇ ਕਿਹੜਾ ਬਿਜ਼ਨਸ ਆ ਜਿਹੜਾ ਗੱਲ ਅਗਲਾ ਕੀ ਹੁੰਦਾ ਲੈ ਦੱਸ ਆ ਕਿਹੜੀ ਇਹਨਾਂ ਦੀ ਲਾਟਰੀ ਨਿਕਲੀ ਸੀ ਜਿਹੜਾ ਇੰਨੀਆਂ ਖੁਸ਼ੀਆਂ ਮਨਾ ਰਹੇ ਲੋਕਾਂ ਦੇ ਬਿਜ਼ਨਸ ਫੈਲਦੇ ਸਾਡਾ ਜੀਜਾ ਹੀ ਫੈਲੀ ਜਾਂਦਾ ਪੰਮੇ ਇਸ ਹੀ ਕ੍ਰੇਜ਼ੀ ਵਾਈ ਇਸ ਹੀ ਬਿਹੇਵਿੰਗ ਲਾਈਕ ਦਿਸ ਉਹ ਭਰਾਵਾ ਤੂੰ ਤੇ ਮੇਰੇ ਵੱਲ ਦੀ ਗੱਲ ਕਰ ਲਾ ਉਹ ਤੇਰੀ ਜਨਾਨੀ ਨੂੰ ਜੱਫੀਆਂ ਪਾਈ ਫਿਰਦਾ ਤੂੰ ਮੈਨੂੰ ਕਹੀ ਜਾਣਾ ਵਾਟ ਇਜ਼ ਹੀ ਸੇਇੰਗ ਡੈਨੀਅਲ ਭਾਜੀ ਹੀ ਇਜ਼ ਸੇਇੰਗ ਆਈ ਐਮ ਸੌਰੀ ਯਾ ਇਟਸ ਓਕੇ ਲੈਟਸ ਗੋ ਲੈਟਸ ਲੀਵ ਉਹ ਭੈਣੇ ਮੈਨੂੰ ਲੱਗਾ ਕਿ ਮੈਨੂੰ ਦੱਸਣ ਦੀ ਲੋੜ ਨਹੀਂ ਚੱਲ ਮੈਂ ਕੰਮ ਤੇ ਜਾਣਾ ਫਿਰ ਫੋਨ ਆਇਆ ਸੀ ਉਹਨਾਂ ਦਾ ਉਹਨਾਂ ਨੇ ਵੀ ਕੱਢਤਾ ਤੈਨੂੰ ਮੈਂ ਆਉਣਾ ਫਿਰ ਉਹ ਪ੍ਰਧਾਨ ਕਿੱਧਰ ਨੂੰ ਕਦੇ ਇੱਧਰ ਤਾਂ ਨਹੀਂ ਵੋਡਕਾ ਪਾ ਲਈ ਨਹੀਂ ਆਈਸਕ੍ਰੀਮ ਆ ਮੋਗੀ ਹੀ ਕੱਲੀ ਕੌਣ ਰਹਿ ਗਈ ਚੱਲ ਹੋਰ ਸੁਣਾ ਕੀ ਹਾਲ ਚਾਲ ਹੈ ਬਾ ਠੀਕ ਹੀ ਆ ਠੀਕ ਹੀ ਕਿਉਂ ਕੁਝ ਨਹੀਂ ਬਗਾਨਾ ਮੁਲਕ ਆ ਜੀ ਕਿੱਥੇ ਲੱਗਦਾ ਨਾ ਆਪਣੇ ਲੋਕੀ ਨਾ ਆਪਣੀ ਬੋਲੀ ਨਾ ਆਪਣਾ ਖਾਣਾ ਪੀਣਾ ਨਹੀਂ ਵੈਸੇ ਐਡੀ ਵੀ ਨਹੀਂ ਗੱਲ ਆਪਣੀ ਬੋਲੀ ਵਾਲੇ ਬਥੇਰੇ ਆ ਇੱਥੇ ਚੱਲ ਹੋਰ ਸੁਣਾ ਕੀ ਕਰਨ ਡਿਆ ਕੁਝ ਨਹੀਂ ਐਵੇਂ ਵਿਹਲਾ ਘੁੰਮਣ ਡਿਆ ਮੈਂ ਸ਼ਾਪਿੰਗ ਕਰਨ ਡਈ ਆ ਅੱਜ ਤੈਨੂੰ ਸ਼ਾਪਿੰਗ ਕਰਾ ਦਈਏ ਨਾ ਸਾਡੇ ਕੋਲ ਪੈਸੇ ਕਿੱਥੇ ਸਾਡੀ ਤੇ ਹਲੇ ਨੌਕਰੀ ਨਹੀਂ ਪੱਕੀ ਹੋਈ ਤੇ ਵੈਸੇ ਕਿਸੇ ਨੂੰ ਕਰਾਉਣ ਜੋਗੇ ਤਾਂ ਸਾਡੇ ਕੋਲ ਵੀ ਨਹੀਂ ਹੈਗੇ ਸਾਡੀ ਵੀ ਨਵੀਂ ਨਵੀਂ ਨੌਕਰੀ ਲੱਗੀ ਹੈ ਸਕੂਲੇ ਅੱਛਾ ਤੂੰ ਪੱਕੀ ਹਾਂ ਮੈਂ ਆਪਣੇ ਭੈਣ ਤੇ ਪਾਜੀ ਦੇ ਘਰੇ ਰਹਿੰਦੀ ਹਾਂ ਉਹਨਾਂ ਨੂੰ ਉਡੀਕਦੀ ਸੀ ਫਿਰ ਤੇ ਪੱਕੀ ਹੋਈ ਗਈ ਪੂਰੀ ਚੱਲ ਤੂੰ ਤੇ ਕਾਰ ਤੇ ਜਾਣਾ ਤੇ ਸਾਡੀ ਬੱਸ ਨਾ ਨਿਕਲ ਜੇ ਚਲੋ ਫਿਰ ਨਿਕਲੋ ਲੋਏ ਲੋਏ ਠੀਕ ਹੈ ਬਾਏ ਪੰਮਿਆ 15 ਮਿੰਟ ਛੋੜ ਜੀ ਮੇਰਾ ਵੀਰ ਬਾਬਾ ਜੀ ਮੇਰੇ ਭਰਾ ਦਾ ਕੰਮ ਤੇ ਪਹਿਲਾ ਦਿਨ ਹੈ ਕਿਸੇ ਦੀ ਨਜ਼ਰ ਨਾ ਲੱਗੇ ਮਾਮ ਮਾਮੇ ਤਾਂ ਚੌਥਾ ਕੰਮ ਹੈ ਅੱਜ 20 ਦਿਨਾਂ ਵਿੱਚ ਅੱਜ ਮੇਰਾ ਆਡੀਸ਼ਨ ਹੈ ਤਾਂ ਮੇਰੇ ਬਾਰੇ ਵੀ ਕਹਿ ਦੋ ਹਾਂ ਹਾਂ ਰੱਬ ਤੈਨੂੰ ਵੀ ਚੰਗੇ ਨੰਬਰਾਂ ਨਾਲ ਪਾਸ ਕਰੇ ਚਲੋ ਚੱਲੀਏ ਮੈਂ ਆਡੀਸ਼ਨ ਦਾ ਕਿਹਾ ਸੀ ਕੱਲ ਤਾਂ ਨਾ ਬਾਬਾ ਜੀ ਨੂੰ ਕਨਫਿਊਜ਼ ਮੇਰਾ ਨਾਂ ਵੀ ਨਹੀਂ ਆਇਆ ਪਰ ਕਰਨ ਦਾ ਚੜਾਉਣਾ ਤਾਂ ਨਹੀਂ ਹੈ ਸਾਨੂੰ ਮੇਰਾ ਨਾਂ ਹੀ ਬਹੁਤ ਆ ਤੁਹਾਨੂੰ ਚੜਾਉਣ ਲਈ ਭਾਵੇਂ ਮੇਰਾ ਨਾਮ ਲਿਸਟ ਵਿੱਚ ਹੋਵੇ ਜਾਂ ਨਾ ਪਰ ਤੇਰਾ ਨਾਂ ਵੀ ਨਹੀਂ ਹੈਗਾ ਨਹੀਂ ਮੇਰਾ ਕੀ ਗਿਆ ਮੇਰੀ ਮੰਮੀ ਨੇ ਪ੍ਰੇ ਕੀਤੀ ਸੀ ਕਿ ਮੇਰਾ ਨਾਮ ਲਿਸਟ ਵਿੱਚ ਹੋਵੇ ਮੈਂ ਤਾਂ ਇਹ ਸੋਚ ਰਿਹਾ ਕਿ ਰੱਬ ਜੀ ਮੈਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹੇ ਹਟੋਏ ਕਿਵੇਂ ਜੁੜ ਕੇ ਖੜੇ ਹੋ
Why is he so rude? एनु की पता अपने रबजी बारे के वो हिप हॉप जानते हैं कि नहीं जे पंगड़े दी गल होंदी फिर तो ब्लेम कर सकता सी अब पंगड़े वास्ते क्यों नहीं ट्राई कर लेंदे वैसे पंगड़ा तो पंजाबी दा फोक डांस है पर एत किसी ने स्कूल कोई पंगड़ा कोच ही है नहीं ताहि तब पंगड़ा ऑडिशन नहीं किया आई गॉट एन आइडिया हे गाइस व्हाट्स अप ग्रेस असी सोच रहे सी दे स्कूल कोई पंगड़ा कोच अरेंज हो जाए काफी स्टूडेंट है जिन्हें भंगड़ा सीखने का शौक है हेलो पम्मा इत्थे रहिंदा है जी मम्मी मामा नु कुड़ी मिलन आई है कुड़ी पम्मे नु पम्मे तू मेनू दस्या नहीं की ओ मिलन आई है तेनू कौन की बन के रहना पम्मे तैयार होके रिया कर आ जा छेती हुण ससरीकाल जी ससरीकाल जी मैं ना पम्मे नु मिलना सी आ ओना दे घर आ हां जी हां जी आ जाओ आओ जी आओ बैठो जी ससरीकाल जी ससरीकाल जी सॉरी जी मैं बिना दसे आ गई कोई गल नहीं जी कोई गल नहीं ओ पहन उदन में गया ही ना एकम दे नाल पार्टी ते कुड़ी दी ओथे मिले ही अच्छा अच्छा जी ये तो पंगड़ा ही बहुत वधिया पौंदे आ वेरी इंप्रेसिव पंगड़ा ए ता जी अपने कॉलेज दी पंगड़ा टीम दा कैप्टन सी बड़े कप जीते ने इने बड़िया ट्रॉफियां जीतियां ने पम्मे पम्मे ओ केड़ी बोली सी जेड़ी तो किशोर लाल जी दे मुंडे दे व्याह ते पाके नचया सीगा प्रीत वैसे साडे स्कूल च ना इक पंगड़ा कोच दी जरूरत सी ते जे तुसी वॉलंटियर कर दंदे ता ओ ते उदन जी एवें खादी पीती च पा बैठा एवें कोचिंग दा काम थोड़ा औखा कोई वधिया बंदा लभ लो तुसी एक बारी सोच लियो जरूर नहीं कोचिंग वाला काम थोड़ा औखा कोई होर नौकरी हुई तो दस्यो थोड़ी लोड़ सी मैनू कुड़ी भी लभ रहा जी असी इहदे वास्ते हाँ। ते नौकरी है ते तेरे को पम्मे आया मैं मार ना चंगा भला घर भी हैगा या हां जी हां जी हैगा चलो चंगा जी मैं चलदी हां ते तुसी एक बारी सोच लियो जरूर ठीक है ससरीकाल जी जा चो पूछे ना नो नहीं जी बस चलो आयो फिर तुसी साडे घर असी भी आवांगे जी ਮਾਂ ਮੈਂ ਸੋਚਦਾ ਸੀ ਵੈਸੇ ਵੀ ਕਰੇ ਮਾਮਾ ਵਿਹਲਾ ਹੀ ਆ ਤੇ ਕਹਿ ਦੋ ਉਹਨੂੰ ਮੈਨੂੰ ਭੰਗੜਾ ਸਿਖਾ ਦਿਆ ਕਰੇ ਤੂੰ ਆਪੇ ਕਹਿ ਲੈ ਨਾਲੇ ਤੂੰ ਤਾਂ ਮਾਮੇ ਦਾ ਕਮਰਾ ਖਾਲੀ ਕਰਵਾਉਣਾ ਫਿਰਦਾ ਸੀ ਮਾਂ ਦੀ ਪੂਜਾ ਚੰਨ ਦੀ ਪੂਜਾ ਸਤਿ ਸ਼੍ਰੀ ਅਕਾਲ ਮਾਮਾ ਜੀ ਓਹੀ ਪਾਪਾ ਆਗਣਾ ਕਿਦਾਂ ਪਤਾ ਤੈਨੂੰ ਉਹ ਜਨਰੇਸ਼ਨ ਨਵੀਂ ਆ ਹੁਣ ਤਾਂ ਪੁਰਾਣੀ ਆ ਮਾਮ ਸੁਣਦੇ ਹੁੰਦੇ ਸੀ ਤੇ ਫਿਰ ਨਵੀਂ ਜਨਰੇਸ਼ਨ ਰੱਬ ਦਾ ਰੂਪ ਹੁੰਦਾ ਚੰਨ ਦਾ ਨਹੀਂ ਚੰਨ ਮਾਮਾ ਹੁੰਦਾ ਮਾਮਾ ਵੀ ਮਾਂ ਦਾ ਦੂਜਾ ਰੂਪ ਹੁੰਦਾ ਚੰਦ ਆ ਮਾਂ ਦਾ ਰੂਪ ਆ ਦੂਜਾ ਨਾਲੇ ਮੈਂ ਦੱਸਣ ਆਇਆ ਸੀ ਹੁਣ ਕਮਰਾ ਤੁਹਾਡਾ ਹੀ ਆ ਚਲੋ ਚਲ ਮਾਰਿਓ ਵੀਡੀਓ ਗੇਮਾਂ ਖੇਡਿਓ ਤੇ ਭੰਗੜੇ ਦੀ ਕੋਚਿੰਗ ਬਾਰੇ ਸੋਚ ਲਿਓ ਤੇ ਜੇ ਕਿਸੇ ਚੀਜ਼ ਦੀ ਲੋੜ ਹੋਈ ਸਾਨੂੰ ਦੱਸ ਦਿਓ ਹਾਂ ਜਾਂਦਾ ਦਰਵਾਜ਼ਾ ਬੰਦ ਕਰ ਦੀ ਮਾਂ ਹੀ ਰੱਬ ਦਾ ਰੂਪ ਹੈ ਦੂਜਾ ਮਾਂ ਦੀ ਪੂਜਾ ਓ ਯਾਰ ਯਾਰ ਆ ਤੇ ਉਹ ਨਹੀਂ ਹਿੰਦੀ ਤੇ ਮੈਂ ਪਿੰਡੋਂ ਆਇਆ ਨਹੀਂ ਨਹੀਂ ਉਹਦੀ ਖੱਟੀ ਪੂਛੀ ਇਹ ਵੀ ਵਿਹਲੀ ਆ ਇੱਕ ਹੋਰ ਹੋ ਗਿਆ Brought you some chocolates and flowers. Can you please coach Agum's Bhangra team?
money on this. I was supposed to buy a video game. Your uncle is mean. हाँ भी एकम पुत्रा की हाल है प्रीत इनू की होया किते चलिया सी बम्मे हाँ मैं क्या करे वेला बैठा है मैं सत्य नु मिला हुआ तेरे पता जो तू जम्मिया सी ना मैं चौथी च हुंदी सी मैं पिंड च सारा दिन तेनू कुछड़ चुके घूमते रहना दस दे हुंदे डैडी ताइए चौथी दे पेपरां च रह गई बड़िया गालां खादियां डैडी तो मैं घट खादी पिंड च जाके घूमते रहना ना किसी नूं वेखण देना ना किसी नूं चुकण देना भी एवें मेरे थंबे नूं नजर लग जूगी सोना किहड़ा घट हुंदा है ते फिर जदों अगम होया ता उही दिन फिर वापस आ गए चुके घूमते रहना किसी नूं वेखण ना देना मामा ते भैणां दा प्यार इक्को जिहा हुंदा पम्मे ਭੰਗੜਾ ਸਿੱਖਣਾ ਹਾਂਜੀ ਫਿਰ ਪਹਿਲਾਂ ਆਪਣਾ ਖੜੇ ਹੁੰਦਾ ਤਰੀਕਾ ਠੀਕ ਕਰ ਏਦਾਂ ਉਦਾਂ ਖੜਾ ਹੋ ਜਿਵੇਂ ਖਾਲਸਾ ਕਾਲਜ ਵਾਲੇ ਖੜੇ ਹੁੰਦੇ तेरे करके आया मेरा मतलब भंगड़े करके आया भंगड़ा तो दी जान है अच्छा जी उदन तो जान करके आए दी चलो चलते हैं चंगा हुन रोटी राटी का ध्यान रखिए दा कोई ना जी मोटा करके तोरांगे मैं नान गया Good morning, kids. I want to introduce all of you guys to our new Pangda coach. Sat Shri Akal. Mera mama hi ho. Je tera mama hai, phir ta Pangda sikhata hai inne. Karan, vaise ye thoda je patmeez ya. Je tusi chaho to aap inu kat vi sakde ha. Main lagda rakhde ha le. Kai vari patmeez bande dil de theek vi hunde. It's okay. Sade coach sahab kehnde hunde hi ke Pangde to pehla ik te tusi nange se stage te nahi aana te dooja ਨਸ਼ੇ ਕਰਨ ਵਾਲੇ ਬੰਦੇ ਦੇ ਲਾਗੇ ਵੀ ਨਹੀਂ ਬਹਿਣਾ ਸਾਡੇ ਕੋਚ ਸਾਹਿਬ ਵੀ ਇਸੀ ਤਰ੍ਹਾਂ ਕਹਿੰਦੇ ਹੁੰਦੇ ਸੀ ਕੌਣ ਹੈ ਤੇਰੇ ਕੋਚ ਮੁਲਤਾਨ ਚੁੰਮਣ ਸਿਖਾਉਂਦੇ ਸੀ ਪਿਛਲੇ ਸਾਲ ਅਸੀਂ ਕੈਨੇਡਾ ਆ ਗਏ ਕੀ ਨਾਂ ਤੇਰਾ ਅਮੀਰ ਸੰਧੂ ਕੌਣ ਸੀ ਉਹ ਮੁੰਡਾ पम्मा पम्मा कौन
पम्मा टिल्लो। पम्मा टिल्लो कौन? पम्मा टिल्लो फ्रेंड। फ्रेंड? फ्रेंड निकलिया। आ बैठ, तेरे चक्कर च चाह ठंडी हो जानी सी। तुहानू पता है फ्रेंड हुंदा कौन है? फ्रेंड मीन्स फ्रेंड। मैं तेरी दुश्मन नहीं हूं, तेरा भला चाहनी हूं। ओ साडे लेवल दे लोग नहीं है। की दिए मजाल जेड़ा सानू डक ले, की दिए मजाल जेड़ा सानू डक ले। ओ भरावा पोर पिछे नू होके बैठ, जेड़े हिसाब नाल एक एक इंच मूरे नू खिसकी जाना मनु स्कूटर खड के चलाउणा पैणा। ओ को सब किन्नी रके अमरूती लै लो, आ नहीं ते स्कूटर खुला करा लो। ए बस खुलन वाला ही आए भी। हाय की दिए मजाल शेरा नू जो डक ले, की दिए मजाल, हाय की दिए मजाल शेरा नू जो डक ले। ए का हाथ देन दिया भी, अस ता पहले तन्ने बैठे, तन्नू कित्थों बिठा लिए। ओ रुको रुको, आ लियो आ लियो आ लियो। ओ कंकड़े शेर इधर लाओ इनू, रुको इत्थे। ट्रिपल राइडिंग ओए चलान कटाओ। लगदा तुसी फिर अजे मनु चंगी तरह पछाणिया नहीं। नहीं कौन है तू? सच्ची नहीं पछाणे यार, मैं अपने बारे दसदा चंगा लगदा, मेरे बारे तुसी दसो। ये साडे को साहब ने जी, भंगड़े दी आन बान शान, सरदार प्रीतम सिंह पंडोरी। आन बान शान ता तुहाडी दिंदी आ मैनू, सिद्धा कोनी कहिंदा नचारो। भाई साहब तुसी भंगड़े बारे अब अदब नाल नहीं गल कर रहे। अदब नू तेरा हुण मैं इस तरह करके चलान कटा। आरसी कटो। लगदा पोजीशन खराब हो रही है। वैसे ऐसी गल नहीं, पुलिस दे विच साडी भी बथेरी जान पछाण, साडे भंगड़े दी टीम दा इक मैंबर आ, ओदे भी फादर साहब पुलिस च ही ने। इहो जिहा कड़ा बगैरत पुलिस वाला ओए जिन्ने अपना मुंडा भंगड़े च पाया होया। बगैरत प्यो दा नां तां पता नहीं जी, मुंडे दा नां पम्मा। पम्मा? हांजी। पूरा नां? सरदार परमिंदर सिंह पम्मा जी। केड़ा कॉलेज है? खालसा कॉलेज। क्लास? BSc फाइनल ईयर। मतलब पम्मा भंगड़ा पाउंदा? पम्मा पढ़ता नहीं? पढ़न की लोड़ आई जो कोच साहब खड़े आ। कोच साहब खड़े उन्होंने लेक्चर पूरे कराउन नू, कोच साहब खड़े उन्होंने पास कराउन नू। मैं उन्होंने कहा तुसी पढ़ाई की चिंता ना करो, तुसी सिर्फ लुडियां पाओ। अच्छा सोहनी लुडी पाउंदा पम्मा? सोहनी जी सोहनी। जिन्हां नू तुसी नचार दसदे हो ना, वह नचारा का कप्तान है। कप्तान बलविंदर इन्हां ने रिश्तेदारी कट लिया है, पर जिन्नियां भी धारा पैंदियां पा के इन्हां दा चलान कट। हाँ जी हाँ जी। ये किस जगह ना लाया है? हाय बापू, इन्नी सट है नहीं जिन्हें तो रौला पाया। जिहड़ी सट दा रौला पाया ना विखा नहीं सकदा, बहुत दूर दुराडे लगी। ता तू भंगड़ा नहीं पा रहा? भंगड़ा नहीं छड़ सकदा मैं, वो तो मैं डैड नूं इह प्रोमिस कीता कि मैं क्लास विचों वी फस्ट आऊंगा ते भंगड़े विचों वी। थोड़ा ज्यादा नहीं बोल रहा तू? हाले तो मैं तेनूं इह दसण आई सी कि मेरे घर अपने बारे पता लग गया है। हैं? ते तेरे भी पईआं? मेरे ते मॉम डैड विच बड़ी अंडरस्टैंडिंग है, आपस विच कोई भी गल कर सकते हैं। अच्छा साढ़े तनी इदा, मेरे चाचे दी कुड़ी ना बॉबी फिल्म वेंदी फड़ी गई, अगले दिन व्याह ते ही, जड़ियां मोरां सेकियां वखरियां, हुण सुखी वसदी है। साढ़े नहीं इदा हुंदा, साढ़े घर वाले समझदार है, बस मम्मा कहंदी है थोड़ा लेवल दा फर्क है। अच्छा फिर अपने मम्मा नूं कह दी क्यों ना करके मैं अपना लेवल ते नहीं डाउन कर सकता। हाय हाय ओ कुड़िए जान दे मुंडे नू, कल ताडे काल जी आउणा। ओ पम्मिया चलिए फिर। हां हां चलो चलो। यार ने गली दे विच आउणा कुड़िए राजा, यार ने हाय हाय, यार ने गली दे विच आउणा नी कुड़िए राजा। ये बड़े खुश है? खुश खश कोई नहीं है, मेरा खर्चा कराउणा है ना, पार्टी मंगनी बाद च। सच कल नू सौरियां दे कॉलेज फेस्टिवल है, मुंडे वालियां दी सेवा च कोई कमी नहीं रहनी चाहिए। रिबन कटवा दिए? मैडम कल तो ओवरऑल ट्रॉफी दिया ना जी, जे साडा पेंटिंग वाला मुंडा कंपटीशन विदड्रॉ करदा था ओवरऑल ट्रॉफी थोड़ी,
फिर थानू फर्क नहीं पैंदा कि पंगड़ा खालसा कॉलेज का जत्था है या साडा। तारीवाल जी, जड़ी गल तुसी कहन आए हो, मैं तुहानू दसदी हां कि साडे कॉलेज की एक रेपुटेशन है। प्लीज हैव योर टी। वैसी मैडम, मैं तो गल कर रहा सी कि जे वाकई मुंडा वह कॉम्पीटिशन विदड्रॉ करता तो ओवरऑल ट्रॉफी के नाल नाल थोड़ी बेटी भी जितती है। बाय द वे, इट वाज नाइस। युवक मेले विच थोड़ा स्वागत है। हाजरी ने शेयर अर्ज कर रही हूँ। जुत्ती बन्ने उत्ते रह गई है, वे तेरे वाल वेखन दी सानू आदत पै गई है। एक जरूरी सूचना है जी, जेडियां टीम्स पेंटिंग मुकाबले विच हिस्सा ले रही ने, ओह ऑडिटोरियम दे बाहर जाके रिपोर्ट करन। ओ पम्मे पेंटर, हेलो। तेनु बड़ी काल से उठन दी, तेनु पता है मैनु कितनी शर्म आई। ओ मैं तेनु कोई देना ही, मैं क्या लेट ना हो जा। अच्छा पतासे। पतासे एक आधे ले। तेरे लिए सुखना सुखी। किस साल तू कंपटीशन चो फर्स्ट आवे, हुन तू उत्थे जाके भावे रोल नंबर भी लिखया, आना तू फर्स्ट ही है। होगी मेरी गल। पर मैं ते तेरे लिए सुखना सुखी नहीं। ते भज के मंदिर जाया, एवं हराई ना देई मैनू। तू कदे नहीं हार सकता। चंगा खाई ना, बस कोल ही रख ली। पंगड़े का ज्यादा चढ़िया पिया तो पिंगड़ा थोड़ा चंगी तरह पैंदा नाल व्यसन वसन भी लई आंदे साडे नहीं हुंदा व्यसन वसन मैं दुध बड़ी मुश्किल नाल अरेंज कीता भाजी कित्थे ने तुहाडे ओ भाजी कदों दा हो गया ओ पेंटर पम्मा ढिल्लों ओ भाभी पम्मा पेंटर ढिल्लों ओए की तां कीता तुसीं गुड़ी नूं अगे आंदो पानी मार। जिन्नी बरकत आ ना पतासियां च, जिहड़ी मैडम ने पतासे खाधे ते मुंडा हो जाना ही। पर ओ तां अनमैरिड है। ओ तू बरकत वेखी, बस व्याह भी हो जूगा। इस साल दे अंतर जोनल युवक मेले दे नतीजियां दी देखदियां जित दे सेरे केड़ियां केड़ियां टीमां दे सिर ते बजदे ने। पेंटिंग मुकाबले विच जेड़ी टीम ने दूजा स्थान हासिल कीता है ओ है जीएच कॉलेज, ते पहले स्थान ते रहण वाली टीम है एसएसके कॉलेज फॉर गर्ल्स। लो जी हुण वारी है अज दे अहम मुकाबले दे नतीजे दी, यानी कि भंगड़े दी। ते जेड़ी टीम ने तीसरा स्थान प्राप्त किता है ओ है जीएच कॉलेज। दूजे स्थान ते रहण वाली टीम आ जी रामगढ़िया कॉलेज।
ते इस साल भंगड़े च पहला स्थान हासिल करन वाली टीम आ जी, पहला स्थान हासिल करन वाली टीम आ जी, SSK कॉलेज फॉर बॉयज। कब्जा किया है SSK कॉलेज फॉर गर्ल्स ने। ओ पम्मे, आजा पार्टी पूटी कर लिए। ਉਹ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਬਈ ਜਿੱਤੇ ਹੋਏ ਟੀਮ ਦਾ ਹਿੱਸਾ ਬਣ ਜਾ। ਮੈਂ ਤੇ ਕੋਚ ਸਾਹਿਬ ਨੂੰ ਪਹਿਲਾਂ ਹੀ ਕਿਹਾ ਹੈ ਕਿ ਧੱਕਾ ਹੋ ਜਾਣਾ ਜੀ, ਅਸੀਂ ਤੇ ਐਵੇਂ ਕਮਲਿਆਂ ਵਾਂਗੂ ਭੰਗੜਾ ਪਾਉਂਦੇ ਰਹੇ, ਅਗਲੇ ਜਿੱਤ ਕੇ ਆਓ ਗਏ। ਕਿਉਂ ਪੰਮੇ ਆ? ਉਹ ਇਹਨੂੰ ਕੋ ਕਹਿੰਦਾ, ਇਹਦੀ ਸਹੇਲੀ ਦੀ ਮਾਂ ਨੇ ਤੇ ਸਾਰੀ ਸਕੀਮ ਲਾਈ ਆ, ਅਸੀਂ ਮਰਦੇ ਰਹੇ ਸਾਨੂੰ ਲੈ ਗਿਆ ਵਿੱਚ। ਕੁੜੀ ਦੁੱਧ ਪਿਉਂਦੀ ਰਹੀ, ਮਾਂ ਸਕੀਮਾਂ ਲਾਉਂਦੀ ਰਹੀ। ਕੀ ਕਿਹਾ ਓਏ, ਸੁਣਦਾ ਨੀ, ਬੋਲਾ ਆ। ਕੀ ਹੋ ਰਿਹਾ? ਪਿੱਛੇੜੋ, ਹਜੇ ਕਸਰਾ ਕੋਈ ਤਮਾਸ਼ਾ ਦਿਖਾਉਣ ਦੀ? ਚਲੋ ਇੱਥੋਂ। ਸੁਣਿਆ ਨੀ? ਪੰਮੇ, ਮੈਂ ਸਾਰੀ ਉਮਰ ਭੰਗੜੇ ਚ ਹੀ ਕੱਢੀ ਆ। ਜਿੱਦਾਂ ਦੀ ਅੱਜ ਆਪਣੀ ਟੀਮ ਨੱਚੀ ਆ, ਇਹ ਤਾਂ ਹੋ ਹੀ ਨਹੀਂ ਸਕਦਾ ਸੀ ਕਿ ਉਹਦੀ ਕੋਈ ਪੋਜੀਸ਼ਨ ਨਾ ਆਉਂਦੀ। ਸਕੀਮ ਤਾਂ ਲੱਗੀ ਆ। हेलो। हेलो जी, पम्मा है? ओ तो हले आया नहीं, तुसी कौन? हेलो हेलो। ओ बस वही, बस थोड़ी, ओहो हटो ना, थोड़ी जी हो लियो, मैंने चाय नाल बनाई। अरे साड़ी कुड़ी जीती है, कोई मजाक है भला? हां चाय जी। आज पहली बारी तेरे चो कोई घरेलू जनानी नजर आई है, नहीं ते पैना तेरे कोलो ते डर ही लगदा रहंदा है। केहो जिया गल्ला करदे हो चाय जी? ओ कुड़ी किथे है तेरी, चंगी जीती है, साडे कोलो बहनो खलोनो नहीं गई। मैं बुलानी है उन्नू। जिया जिया जिया, आ बेटा बैठ, साडे कोल भी बैठ। ਕੀ ਗੱਲ, ਤੂੰ ਖੁਸ਼ ਨਹੀਂ? ਤੂੰ ਜਿੱਤੀ ਹੈ। ਹਾਂ ਤੁਹਾਨੂੰ ਤਾਂ ਪਤਾ ਦਾਦੀ, ਮੈਨੂੰ ਜਿੱਤਣ ਹਾਰਨ ਨਾਲ ਫਰਕ ਨਹੀਂ ਪੈਂਦਾ, ਪਰ ਮੈਨੂੰ ਤਾਂ ਪੈਂਦਾ ਹੈ ਨਾ। ਮੈਂ ਤੇ ਬੜੀ ਖੁਸ਼ ਹਾਂ ਕਿ ਮੇਰੀ ਧੀ ਰਾਣੀ ਅੱਜ ਜਿੱਤੀ ਹੈ, ਜਿੱਤੀ ਜਿੱਤੀ ਹੈ। ਹੋਰ ਚਾਹੀਦਾ ਵੀ ਕੀ ਹੈ ਸਾਨੂੰ? ਹਾਂ ਹੋਰ ਇੱਕ ਡਰਿੰਕ ਚਾਹੀਦਾ। ਓਏ ਤੈਨੂੰ ਰੋਜ਼ ਇੱਕ ਬਹਾਨਾ ਚਾਹੀਦਾ ਪੀਣ ਦਾ, ਹੈ? ਪੀ ਲੈ, ਰੋਜ਼ ਹੀ ਪੀਣਾ ਨਾ, ਪੀ ਲੈ, ਤੂੰ ਪੀ ਲੈ ਭਰਾਵਾ। ਮੈਂ ਦੇਖਦੀ ਹਾਂ ਇਸ ਵੇਲੇ ਕੌਣ ਆਇਆ ਹੋਏਗਾ। ਪੰਮੇ, ਤੂੰ ਇੱਥੇ ਇਸ ਵੇਲੇ? ਮੈਂ ਤੇਰੇ ਮੋਮ ਨਾਲ ਗੱਲ ਕਰਨੀ ਹੈ। ਕੀ ਗੱਲ ਕਰਨੀ ਹੈ ਮੋਮ ਨਾਲ? ਕੋਈ ਨੀ ਮੰਮਾ, ਪੰਮੇ ਤੂੰ ਜਾ। ਪੰਮਾ ਤੂੰ ਇੱਥੇ ਕਿਵੇਂ? ਤੂੰ ਅੰਦਰ ਜਾ, ਮੈਂ ਗੱਲ ਕਰਨੀ ਕੋਈ। ਤੂੰ ਇੱਥੇ ਰੁਕ, ਕੀ ਗੱਲ ਕਰਨੀ ਹੈ? ਚੱਲ ਇੱਥੇ ਰੁਕ। ਕਿਉਂ ਕੀਤਾ ਮੇਰੇ ਨਾਲ ਇਦਾਂ? ਕੀ ਕੀਤਾ ਹੈ? ਤੁਹਾਨੂੰ ਪਤਾ ਕੀ ਕੀਤਾ, ਅਸੀਂ ਹਾਰ ਨਹੀਂ ਸਕਦੇ, ਸਾਨੂੰ ਹਰਾਇਆ ਗਿਆ। ਅੱਛਾ, ਤੁਸੀਂ ਹਾਰ ਹੀ ਨਹੀਂ ਸਕਦੇ? ਕੋਈ ਕੋਈ ਲੋਕਾਂ ਨੂੰ ਨਾ ਹਾਰ ਬਰਦਾਸ਼ਤ ਨਹੀਂ ਹੁੰਦੀ। ਹਾਰ ਤੇ ਬਰਦਾਸ਼ਤ ਹੁੰਦੀ ਆ, ਧੋਖਾ ਬਰਦਾਸ਼ਤ ਨਹੀਂ ਹੁੰਦਾ। ਧੋਖਾ? ਕਿਹਨੇ ਦਿੱਤਾ ਧੋਖਾ? ਇੰਨਾ ਯੂਥ ਫੈਸਟੀਵਲ ਆਰਗੇਨਾਈਜ਼ ਕੀਤਾ, ਤੈਨੂੰ ਧੋਖਾ ਦੇਣ ਵਾਸਤੇ ਕੀਤਾ? ਬਾਹਰ ਨਿਕਲ, ਲੂਜ਼ਰ ਕਿਹਨੂੰ ਕਿਹਾ? ਲੂਜ਼ਰ ਕਿਹਨੂੰ ਕਿਹਾ? ਪੰਮੇ ਸੁਣ ਰਹੀ ਹੈ, ਕਿਸ ਤਰ੍ਹਾਂ ਗੱਲ ਕਰ ਰਿਹਾ ਮੇਰੇ ਨਾਲ?
ਬਈ ਕੀ ਹੋ ਰਿਹਾ ਇਹ ਫਰੈਂਡ ਹੈ ਜੀ ਔਕਾਤ ਦਿਖਾ ਰਿਹਾ ਆਪਣੀ ਤੂੰ ਇੱਥੇ ਆਣ ਦੀ ਜੁਰਤ ਕੀਤੀ ਨਾ ਤਾਂ ਹੁਣ ਦੇਖ ਤੇਰਾ ਕੀ ਹਾਲ ਹੁੰਦਾ ਕੀ ਕਰ ਲੋਗੇ ਤੂੰ ਕਿਹਾ ਸੀ ਨਾ ਆਪਣਾ ਲੈਵਲ ਨਹੀਂ ਮਿਲ ਸਕਦਾ ਨਹੀਂ ਮਿਲ ਸਕਦਾ ਮੈਂ ਇਸ ਲੈਵਲ ਤੱਕ ਗਿਰ ਨਹੀਂ ਸਕਦਾ ਉਹ ਮੇਰੀ ਮੰਮ ਹੈ ਪੰਮੇ ਕੀ ਬਕਵਾਸ ਕਰ ਰਹੇ ਤੂੰ ਚੱਲ ਬਾਹਰ ਤੂੰ ਓਏ ਕਮੈਂਟਰ ਪੰਮੇ ਇਹ ਕੀ ਤਰੀਕਾ ਮੇਰੇ ਮੰਮ ਦਾ ਨਾਲ ਪੇਸ਼ ਆਂਦਾ ਸੌਰੀ ਕੀ ਸੌਰੀ ਪਾਗਲ ਹੈ ਤੂੰ ਹਾਂ ਆਰ ਯੂ ਮੈਡ ਤੂੰ ਮੇਰੇ ਡੈਡ ਨੂੰ ਧੱਕਾ ਮਾਰਿਆ ਤੂੰ ਹਾਰ ਗਿਆ ਤਾਂ ਇਹਨਾਂ ਦਾ ਕੀ ਦੋਸ਼ ਤੈਨੂੰ ਸ਼ਰਮ ਨਹੀਂ ਆਈ You just go from here. Ja! Then we something nahi aaye. Tu chal itthon. Koi lod nahi hai mun lagne di. ਬੱਚਿਓ ਅੱਜ ਤੋਂ ਬਾਅਦ ਸਾਰਿਆਂ ਨੇ ਪੱਗਾਂ ਬੰਨਣੀਆਂ ਨੇ ਕਿਸੇ ਨੇ ਵੀ ਨੰਗੇ ਸਿਰ ਭੰਗੜਾ ਨਹੀਂ ਪਾਉਣਾ ਤੇ ਲੜਨਾ ਤਾਂ ਬਿਲਕੁਲ ਵੀ ਨਹੀਂ ਤੇ ਜੇ ਕਿਸੇ ਵੀ ਚੀਜ਼ ਦੀ ਹੈਲਪ ਚਾਹੀਦੀ ਤਾਂ ਮੈਨੂੰ ਦੱਸਣਾ ਪੰਮਾ ਪੰਮਾ ਨਹੀਂ ਕੋਚ ਸਰ ਕਹਿਣਾ ਅੱਜ ਤੋਂ ਬਾਅਦ ਓਕੇ ਪ੍ਰਧਾਨ ਬੜੇ ਘੈਂਟ ਲੱਗਣ ਡੇ ਹੋ ਕੋਚ ਸਰ ਅੱਜ ਨੇ ਮੈਨੂੰ ਧੱਕਾ ਮਾਰਿਆ ਮੈਂ ਕਦੋਂ ਮਾਰਿਆ He's lying. No, I'm not. My grandma said to never lie. अभी तो तेरी नानी ने सिखाया हो ना। अगम। वधिया गलना सिखाई हैं तेरे ग्रैंड मदर ने। ग्रैंड माया उन्होंने ले आना ही या? बढ़िया था डियां सिफ्ता कर दा रिंदा बड़ा कुछ सिखाया तो ही है ना। अच्छा साड़ियां गलना। पोत के दे साड़ी कर आए। डिनर ते तेरे अंकल ता देसी कड़ी रख दे है। आंटी दारू तो मैं पींदा नहीं। चल रोटी पानी खा जी पुत चलो मैं कल नू आना फिर रोटी खा के जरूर आई आजा पुत मैं तो इन्नी बारी सद्या साडे घरे ताई नहीं किते रोटी खान तू ते आप पैण कर रहनी है रोटी तू चोरी बना के ल्यानी होनी दादी कोई आया ओके ओके देख ते पुत्र कौन है किदा वैद्या नमस्ते जी बैठो पुत ये पंगड़े वाला कोच वा करन बड़ा वधिया पंगड़ा पाउंदे जी तुही भी पाउंदे रहे होणे किते मैनूं लगदा तां ही इन्ना वधिया पाउंदा असल च पुत तेरे तों कादा लुकावा मेरी नूं नूं पंगड़ा पसंद नहीं क्योंकि जदों इह कॉलेज जांदी सी ਭੰਗੜੇ ਦਾ ਇੱਕ ਨਲਾਇਕ ਜਿਹਾ ਮੁੰਡਾ ਇਹਦਾ ਪਿੱਛਾ ਕਰਦਾ ਸੀ ਛੱਡੋ ਮੰਮੀ ਜਿਹੜੇ ਲੋਕ ਇੰਪੋਰਟੈਂਟ ਨਹੀਂ ਹੈ ਉਹਨਾਂ ਦੀ ਕੀ ਗੱਲ ਕਰਨੀ ਹੈ ਚੈਪਟਰ ਕਲੋਜ਼ ਇਵਨ ਆਈ ਨੋ ਦਾ ਸਟੋਰੀ ਮੇਰੀ ਨਾਨੀ ਨੇ ਦੱਸੀ ਸੀ ਕਲੈਂਟ ਸਟਾਪ ਇਟ ਨਾ ਜੀ ਨਾ ਦੱਸਣ ਦਿਓ ਕੋਈ ਨਹੀਂ ਇੰਟਰਸਟਿੰਗ ਹੈ ਸਟੋਰੀ ਇੱਕ ਦਿਨ ਉਹ ਮੇਰੀ ਮੰਮੀ ਨੂੰ ਫੋਲੋ ਕਰਦਾ ਘਰ ਤੱਕ ਪਹੁੰਚ ਗਿਆ ਪੁੱਤ ਮੇਰੀ ਨੂੰ ਤੇ ਕੁੜਮ ਕੁੜਮਣੀ ਨੇ ਜਦੋਂ ਉਹਦਾ ਖਟਾਪਾ ਚਾੜਿਆ ਤੋ ਦੰਦ ਟੁੱਟ ਗਏ ਮੂੰਹ ਚੋਂ ਲਹੂ ਅੱਗੇ ਮੁੜ ਕੇ ਕਦੇ ਮਹੱਲੇ ਚ ਨਹੀਂ ਵੜਿਆ ਅੱਛਾ ਓਕੇ ਆਂਟੀ ਹਾਂ ਹਾਂ ਉੜਦੀ ਗੱਲ ਮੈਂ ਵੀ ਸੁਣੀ ਸੀ ਪਰ ਉਹ ਕਹਿੰਦੇ ਉਹ ਨਾ ਜਦੋਂ ਕੁੱਟ ਕੇ ਥੱਲੇ ਸੁੱਟਿਆ ਮੁੰਡੇ ਨੂੰ ਉਹ ਲੀੜੇ ਲੂੜੇ ਝਾੜ ਕੇ ਨਾ ਤੇ ਉਹ ਵੀ ਅੱਗੋਂ ਪੈ ਗਿਆ ਉਹ ਤੁਹਾਡਾ ਭਲਾ ਹੋ ਜੇ ਉਹ ਤੇ ਨਾ ਮੈਂ ਦੱਸਾਂ ਤੁਹਾਨੂੰ ਉਹਨੇ ਅੱਗੋਂ ਅੰਕਲ ਨੂੰ ਫੜ ਲਿਆ ਤੇ ਅੰਕਲ ਨੂੰ ਤੇ ਡਰਨਾ ਪੈ ਗਈ ਦੰਦਲ ਤੇ ਆਂਟੀ ਗਈ ਅੰਦਰੋਂ ਚਿਮਚਾ ਫੜਨ ਦੰਦਲ ਤੋੜਨ ਨੂੰ ਤੇ ਉਹ ਤੇ ਬਾਅਦ ਚ ਕੁੜੀ ਤੇ ਉਹਦੇ ਪੈਰੀ ਪਈ ਜਾਵੇ ਕਹਿੰਦੀ ਵੀ ਬਖਸ਼ ਦੇ ਅੱਜ ਜਾਣ ਦੇ ਸੁਣੀਆਂ ਸੁਣਾਈਆਂ ਗੱਲਾਂ ਆਂਟੀ
14 15 साल पहला दी गल है, बाद च हुन नहीं पता पता किथे गए, किथे मुंडा गया, किथे कुड़ी गई। नहीं पुत, कुड़ी तो अपने घर बड़ी सोहनी हसदी वसदी वा, मुंडे दा नहीं सानू पता। आंटी मुंडा भी खुश ही होना, वह किड़ा किकर थले गोड्या सिर दे के रोंदा होना, वह भी अगला लुडियां पाउंदा होना। एहो जे लोकां दी पुत की गल करनी आपा, छड्ड परां हुण। आंटी तुसीं रोटी राटी दा प्रोग्राम ही, तुसीं होरी गल्लां च बैठ गए। नहीं पुत, मैं बना रोटी, आ मेरे नाल चल पुत। मेरे कोलों कल्ली तो किथे ही लिया जांदा हुण, चलो। पम्मे गल सुन, तेनू सची तो नहीं कुटिया सी उन्होंने? तो लगता मैं कुट खाने वाला। सारे मूव ऑन हो जाते पम्मे, जनानियां थोड़ा छेती नहीं हो जांदियां? नहीं, बंदे भी हो जाते, पर मेरा वीरता नहीं मूव ऑन होया। एक गल दस पम्मे, तू क्यों नहीं मूव ऑन होया? ਉਹ ਛੱਡ ਕੇ ਚੱਲ ਗਈ ਸੀ ਤਾਂ ਕਰਕੇ ਕਿ ਤੂੰ ਹਾਰ ਗਿਆ ਸੀ ਤਾਂ ਕਰਕੇ। ਮੈਂ ਹਾਰ ਗਿਆ ਸੀ ਤਾਂ ਕਰਕੇ, ਕੋਚ ਸਾਹਮਣੇ, ਯਾਰਾਂ ਦੋਸਤਾਂ ਸਾਹਮਣੇ, ਪੂਰੇ ਕਾਲਜ ਸਾਹਮਣੇ। ਪੰਮੇ, ਆਹ ਮੌਕਾ ਤੇਰੇ ਕੋਲ ਪ੍ਰੂਵ ਕਰਨ ਦਾ, ਜੇ ਤੂੰ ਭੰਗੜੇ ਲਈ ਮਰਿਆ ਵੀ ਸੀ ਨਾ ਤੇ ਭੰਗੜੇ ਲਈ ਜੀ ਵੀ ਰਿਹਾ। ਚਲੋ ਮੈਂ ਚੱਲਦਾ, ਕੰਮ ਤੇ ਵੀ ਜਾਣਾ, ਉਸ ਤੋਂ ਬਾਅਦ ਰਸਲ ਤੇ ਵੀ, ਲੇਟ ਆਉਂਗਾ ਰਾਤੀ। ਚੰਗਾ, ਵੇਖੀ ਹੁਣੇ ਵਿਆਹ ਵੀ ਕਰਾਏਗਾ। ਹੋਏ ਧਨਕ ਦੱਦੜ ਦਨ, ਹੋਏ ਧਨਕ ਦੱਦੜ ਦਨ, ਹੋਏ ਧਨਕ ਦੱਦੜ ਦਨ। ਕਦੋਂ ਦੀ ਪਾਰਕਿੰਗ ਚ ਵੇਟ ਕਰ ਰਹੀ ਆ ਤੂੰ? ਆਇਆ ਨੀ, ਚੱਲ। ਨਾ ਕਰਨ, 200 ਧਮਾਲਾਂ ਪਾਉਣੀਆਂ, ਤੇਰੀ ਧਮਾਲ ਕੱਚੀ ਆ। ਧਨਕ ਦੱਦਣ ਦਨ, ਹੋਏ ਬਾਕੀ ਬੱਚੇ ਚੱਲ ਗਏ ਨੇ, ਇਹ ਜਾਣ ਕੇ ਕਰਦਾ, ਤੂੰ ਚੱਲ ਮੇਰੇ ਨਾਲ। ਨਹੀਂ ਮੈਂ ਨਹੀਂ ਜਾਣਾ, ਜਦੋਂ ਕੋਚ ਕਹੂਗਾ ਫਿਰ ਮੈਂ ਜਾਣਾ ਹੈ। ਮੈਂ ਤੇਰੇ ਨਾਲ ਗੱਲ ਕਰਨੀ ਹੈ। ਹਾਂਜੀ ਦੱਸੋ। ਨਹੀਂ ਇੱਥੇ ਨਹੀਂ, ਕਰਨ ਦੇ ਸਾਹਮਣੇ। ਤੂੰ ਮੈਨੂੰ ਕੱਲ ਮਿਲ 4 ਵਜੇ ਕਲਚਰਲ ਕੈਫੇ। ਐਵੇਂ ਨਾ ਵੇਟ ਕਰਦੀ ਰਹੀ, ਚੱਲ ਬਈ। ਓਏ ਧਨਕ ਦੱਦੜ ਦਨ, ਓਏ ਧਨਕ ਦੱਦੜ ਦਨ, ਓਏ ਧਨਕ ਦੱਦੜ ਦਨ, ਓਏ। ਹੁਣ ਆਇਆ ਤੂੰ? ਮੈਂ ਤੈਨੂੰ ਮਿਲ ਨਹੀਂ ਆਇਆ, ਮੈਂ ਤੇ ਕੰਮ ਆਇਆ ਇੱਥੇ। ਅੱਧਾ ਘੰਟਾ ਲੇਟ ਆਇਆ। ਤੂੰ ਸੱਚੀ ਮੇਰੀ ਵੇਟ ਕਰ ਰਹੀ ਆ? ਇੱਕ ਬੱਚੇ ਦੀ ਮਾਂ ਹੋ ਕੇ ਤੇ ਇੱਕ ਪਰਾਏ ਮਰਦ ਦੀ ਵੇਟ ਕਰ ਰਹੀ ਬੈਠੀ, ਤੂੰ ਦੱਸ। ਮੈਂ ਤੈਨੂੰ ਡੇਟ ਤੇ ਨਹੀਂ ਬੁਲਾਇਆ, ਕਰਨ ਨੂੰ ਕਿਉਂ ਤੰਗ ਕਰਦਾ ਤੂੰ? ਅੱਛਾ ਮੈਂ ਤੰਗ ਕਰਦਾ ਕਰਨ? ਉਹ ਸਾਰੇ ਬੱਚਿਆਂ ਨੂੰ ਤੰਗ ਕਰਦਾ, ਸਾਰਿਆਂ ਨਾਲ ਲੜਦਾ ਰਹਿੰਦਾ, ਇਹ ਸੰਸਕਾਰ ਦਿੱਤੇ ਤੁਸੀਂ? ਬਿਲਕੁਲ ਆਪਣੀ ਨਾਨੀ ਤੇ ਗਿਆ। ਨਾਨੀ ਨੂੰ ਵਿੱਚ ਕਿਉਂ ਲੈ ਕੇ ਆ ਰਿਹਾ ਤੂੰ? ਉਹਦੀ ਨਾਨੀ ਆਈ ਏਦਾਂ ਦੀ, ਹਰ ਥਾਂ ਤੇ ਵਿੱਚ ਆ ਜਾਂਦੀ। ਕੀ ਵਿਗਾੜਿਆ ਨਾਨੀ ਨੇ ਤੇਰਾ? ਕੀ ਅਫਵਾਹ ਲਾਈ ਮੇਰੇ ਬਾਰੇ? ਮੈਂ ਤੇਰਾ ਪਿੱਛਾ ਕਰਦਾ ਸੀ, ਤੰਗ ਕਰਦਾ ਸੀ ਤੈਨੂੰ, ਮੈਂ ਫੜ ਕੇ ਕੁੱਟਿਆ ਮੈਨੂੰ ਫਿਰ ਤੁਸੀਂ? ਗਰਮੀਆਂ ਦੀ ਛੁੱਟੀਆਂ ਚੱਲਿਆ ਮੈਂ ਪੰਜਾਬ, ਮਿਲ ਕੇ ਆਊਂਗਾ ਤੇਰੇ ਮੋਮ ਡੈਡ ਨੂੰ। ਪਤਾ ਨਹੀਂ 13-14 ਸਾਲ ਬਾਅਦ ਮਿਲੇ, ਮੈਂ ਸੋਚਿਆ ਸੀ ਬਹਿ ਕੇ ਗੱਲਾਂ ਕਰਾਂਗੇ। ਮੈਂ ਤੈਨੂੰ ਤੇਰੇ ਨਿਆਣਿਆਂ ਦਾ ਹਾਲ ਪੁੱਛੂੰਗਾ, ਤੂੰ ਮੈਨੂੰ ਮੇਰੇ ਨਿਆਣਿਆਂ ਬਾਰੇ ਪੁੱਛੇਂਗੀ। ਮੈਂ ਕਹੂੰਗਾ ਮੈਨੂੰ ਤੇ ਵਿਆਹ ਕਰਾਉਣਾ ਭੁੱਲ ਹੀ ਗਿਆ। ਮੈਂ ਤੈਨੂੰ ਕਹੂੰਗਾ ਤੇਰੇ ਨਿਆਣਾ ਇੰਨਾ ਵੱਡਾ ਹੋ ਗਿਆ, ਤੂੰ ਮੈਨੂੰ ਕਹੇਂਗੀ ਕਮਲਿਆ ਤੂੰ ਤੇ ਆਪ ਨਿਆਣਿਆਂ ਵਰਗਾ ਹੋ ਗਿਆ। ਪਰ ਨਾ ਤੂੰ ਮੈਨੂੰ ਬਹਿਣ ਲਈ ਕਿਹਾ, ਨਾ ਮੈਂ ਤੈਨੂੰ। ਇੱਕ ਝੂਠ ਆ ਜਿਹੜਾ ਸਾਰਿਆਂ ਨੂੰ ਪਤਾ, ਪਰ ਇੱਕ ਸੱਚ ਆ ਜਿਹੜਾ ਜਾਂ ਤਾਂ ਮੈਨੂੰ ਪਤਾ ਜਾਂ ਤੇਰੇ ਮਾਮ ਨੂੰ ਪਤਾ। ਮੇਰਾ ਸੱਚ ਤੈਨੂੰ ਝੂਠ ਲੱਗਣਾ, ਤੇ ਤੇਰੇ ਮਾਮ ਨੇ ਤੈਨੂੰ ਸੱਚ ਦੱਸਣਾ।
हेलो हेलो हाँ जी मम्मा नमस्ते नमस्ते पुत्र आज किवें याद कर लिया सानू बस वैसे ही तुसी ठीक हो ना हाँ की होया नहीं बस अच्छा मैं एक गल पूछा तुसी मम्मा गर्मी दी छुट्टियां च की कर रहे हो कुछ नहीं बेटा घर ही रहवांगे घरे क्यों रहना मां घूमन जाओ शिमले शिमले क्यों मम्मा ओ वापस आ गया कौन वापस आ गया पुत्र पम्मा पम्मा कौन पम्मा टिल्लू पम्मा टिल्लू ओ करण दा कोच बन के वापस आया की कहंदा हुण कहना की है ओनू जदों तो पता लग गया ना कि करण मेरा बेटा है ओ करण नु बहुत तंग कर रहा है तू अपने हस्बैंड नु शिकायत लगाना मम्मा ओ बाहर गया थानू पता ओ लड़के महीना महीना घर नहीं आंदा मैं तेनू कह रही हां ना ओदे कोलो छुटकारा पा पहला तू ओ तो बाद च पा लांगे पहला ए तो पावा तू एक काम कर तू स्कूल दे प्रिंसिपल नु शिकायत करके इनू स्कूलों बाहर कढ़ा जिस तरह मैं इनू कॉलेज तो बाहर कढ़ाया सी प्रिंसिपल नु कह के तुसी कढ़वाया सी हां बड़ा 30 मार्का बन रहा सी ना ए भूल गया एदी आकड़ मैं किवें भन्नी सी ते ए भंगड़े विच भी ते मैं ही हरवाया सी इनू मम्मा तुसी ओदो मैनू झूठ बोलया सी नहीं पुत्र जिया पुत्र जिया आलो जी एक और रोटी ले लो नहीं नहीं मैं तो बहुत खा लिया मेरा तो ढिड भर गया तुसी ले लो मैं ते खाऊंगा दाल बड़ी कैंट बनी दाल दे तो मैं वट कर देनी है खाए तो तुसी मेरे हाथ ते बनाई टीडे नहीं खादे मेरे डैडी भी ऐसी दाल बना देंदे डैडी मम्मी आ गई नहीं ना साडे ओ इत्थे आ के सिखया तू ओ बच्चे क्लास बोलते रहंदे आ ना मैं सोचा मैं भी कह दवां तेनू तो स्वाद लगनी है दाल इन्हे अपने हथा नाल जड़ी बनाई है ग्रेस पाजी काम की करदे ओना दे ना गैस स्टेशन या अच्छा गैस स्टेशनां दा काम को मैं नहीं खास बजदा बजदा कख नहीं मैं भी लगा रहा ओह आ गए ओहो सत श्री अकाल पुल्लर साहब ओ तुसी किधर हो जी की हाल चाल बस अपना ही घर है नूर मी दी छोटी सिस्टर है बैठो बैठो तुसी हां जी हां जी ਇਹ ਮੁੰਡਾ ਦੇਖਿਆ ਲੱਗਦਾ ਕਿਤੇ ਉਹ ਗੈਸ ਪਾਉਣ ਕਿਤੇ ਆਇਆ ਹੋਣਾ ਉੱਥੇ ਦੇਖਿਆ ਹੋਣਾ ਇਹ ਉਹੀ ਮੁੰਡਾ ਨਹੀਂ ਜਿਹਨੇ ਸਾਡੇ ਨਾਲ ਬਦਤਮੀਜ਼ੀ ਕੀਤੀ ਸੀ ਗੈਸ ਸਟੇਸ਼ਨ ਤੇ ਛੱਡੋ ਪੁੱਲਰ ਸਾਹਿਬ ਤੁਸੀਂ ਤੇ ਦੋ ਦਿਨ ਪਹਿਲਾਂ ਆ ਗਏ ਪੁੱਲਰ ਸਾਹਿਬ ਛੱਡੋ ਹੁਣ ਸਭ ਕੁਝ ਖਾਣਾ ਪੀਣਾ ਦਾਰੂ ਛੱਡ ਗਿਆ ਹੁਣ ਤੇ ਅਸੀਂ ਇਹਦੇ ਲਈ ਕੁੜੀ ਲੱਭ ਰਹੇ ਹਾਂ ਤੇ ਆਪਣਾ ਘਰ ਵਸਾਵੇ ਅਸੀਂ ਵੀ ਇਹਦੇ ਵਾਸਤੇ ਕੋਈ ਚੰਗਾ ਜਿਹਾ ਮੁੰਡਾ ਲੱਭ ਰਹੇ ਹਾਂ ਤੁਸੀਂ ਇਹਦਾ ਘਰ ਵਸਾਉਣਾ ਚਾਹੁੰਦੇ ਹੋ ਅਸੀਂ ਇਹਦਾ ਘਰ ਵਸਾਉਣਾ ਚਾਹੁੰਦੇ ਹਾਂ ਫੇਰ ਤਾਂ ਘਰ ਵਸ ਗਿਆ ਜੀ ਚਲੋ ਮੂੰਹ ਮਿੱਠਾ ਕਰੀਏ ਅੱਛਾ ਤੂੰ ਖਾਣਾ ਆਰਡਰ ਕੀਤਾ ਮਿੱਠਾ ਨਹੀਂ ਆਰਡਰ ਕੀਤਾ ਖਾਣਾ ਤੇ ਇਹਨੇ ਆਪ ਬਣਾਇਆ ਇਹਨੇ ਤਾਂ ਕਦੇ ਚਾਹ ਨਹੀਂ ਬਣਾਈ ਖਾਣਾ ਕਿੱਥੋਂ ਬਣਾਉਣਾ ਸੀ ਫੇਰ ਤਾਂ ਪੰਮੇ ਵਰਗੀ ਆਏ ਪ੍ਰਧਾਨ ਹੁਣ ਹੀ ਸੋਚ ਕੇ ਹਾਂ ਕਰੀ ਕਿਤੇ ਬਾਅਦ ਚੋਂ ਕੀ ਗੱਲ ਤੂੰ ਬੜਾ ਮਹਿਸੂਸ ਆਏ ਬੈਠਾ ਜੇ ਮੈਂ ਹਾਰ ਗਿਆ ਨਾ ਸਕੂਲ 'ਚ ਕੋਈ ਮੇਰੀ ਇੱਜ਼ਤ ਨਹੀਂ ਰਹਿਣੀ ਤੂੰ ਲੋਕਾਂ ਨੂੰ ਵਿਖਾਉਣ ਲਈ ਜਿੱਤਣਾ ਜਦੋਂ ਮੈਂ ਕਾਲਜ ਪੜ੍ਹਦਾ ਹਾਂ ਨਾ ਮੇਰੀ ਵੀ ਇਹੋ ਪ੍ਰੋਬਲਮ ਸੀ ਮੈਨੂੰ ਜਿੱਤਣ ਦੀ ਆਦਤ ਪੈ ਗਈ ਲੋਕਾਂ ਨੂੰ ਜਿੱਤ ਕੇ ਵਿਖਾਉਂਦਾ ਵਿਖਾਉਂਦਾ ਸਭ ਕੁਝ ਹਾਰ ਗਿਆ ਇੱਕ ਗੱਲ ਯਾਦ ਰੱਖੀ ਜੇ ਜਿੱਤਣ ਤੋਂ ਬਗੈਰ ਤੇਰੀਆਂ ਨਜ਼ਰਾਂ 'ਚ ਤੇਰੀ ਕੋਈ ਇੱਜ਼ਤ ਨਹੀਂ ਨਾ ਫਿਰ ਜਿੱਤ ਕੇ ਵੀ ਨਹੀਂ ਹੋਣੀ ਤੁਸੀਂ ਮੈਨੂੰ ਕਰਤਾ ਨਾ ਹੋਰ ਕਨਫਿਊਜ਼ ਮੈਨੂੰ ਕੀ ਪਤਾ ਮੇਰੀ ਨਜ਼ਰ 'ਚ ਇੱਜ਼ਤ ਹੈਗੀ ਵੀ ਆ ਕਿ ਨਹੀਂ ਜਦੋਂ ਇਸ ਸਟੇਜ ਤੇ ਨੱਚ ਕੇ ਉਤਰੇਗਾ ਨਾ ਤੈਨੂੰ ਇੱਥੇ ਪਤਾ ਹੋਊਗਾ ਵੀ ਤੇਰੀਆਂ ਨਜ਼ਰਾਂ 'ਚ ਤੇਰੀ ਕੋਈ ਇੱਜ਼ਤ ਹੈਗੀ ਕਿ ਨਹੀਂ ਹੈਗੀ ਡੱਟਾ ਫਿਕਰ ਨਾ ਕਰ ਵੇਖੀ ਬੰਦਾ ਕੀ ਆ Thank you.
ਸਤਿ ਸ੍ਰੀ ਅਕਾਲ ਹੈਲੋ ਐਂਡ ਵੈਲਕਮ ਸਾਰਿਆਂ ਨੂੰ ਪਿਆਰ ਭਰਿਆ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੇ ਇਸ ਐਨੂਅਲ ਇੰਟਰ ਸਕੂਲ ਭੰਗੜਾ ਫਾਈਨਲਸ 2018 ਚ ਵੀ ਹੈਵ 12 ਟੀਮਸ ਕੰਪੀਟਿੰਗ ਫਰੋਮ ਆਲ ਓਵਰ ਕੈਨੇਡਾ ਆਰ ਜੱਜਸ ਹੇਅਰ ਵਿਲ ਸਿਲੈਕਟ ਵਨ ਆਫ ਦੋਜ਼ 12 ਟੀਮਸ ਐਜ਼ ਆਰ ਵਿਨਰ ਸ਼ੁਰੂ ਐਸੀ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਆਈ ਵਾਂਟ ਟੂ ਵੈਲਕਮ ਆਰ ਜੱਜਸ ਟੂ ਦ ਸਟੇਜ ਫਾਰ ਆਰ ਫਾਈਨਲ ਰਿਜ਼ਲਟਸ ਜੱਜਸ ਵੈਲਕਮ ਐਂਡ ਨਾਓ ਦ ਮੋਸਟ ਐਂਟੀਸਿਪੇਟਿਡ ਰਿਜ਼ਲਟਸ ਆਫ ਦ ਨਾਈਟ ਦ ਮੋਮੈਂਟ ਯੂ ਗਾਈਜ਼ ਹੈਵ ਬੀਨ ਵੇਟਿੰਗ ਫਾਰ ਦ ਵਿਨਰ ਆਫ ਐਨੂਅਲ ਇੰਟਰ ਸਕੂਲ ਭੰਗੜਾ 2018 ਇਜ਼ ਨੋਰਕਵੇ ਐਲੀਮੈਂਟਰੀ ਪੰਮੇ ਤੈਨੂੰ ਹਰਾਉਣ ਦਾ ਜ਼ੋਰ ਤਾਂ ਅੱਜ ਵੀ ਬਹੁਤ ਲਾਇਆ ਮੈਂ ਪਰ ਤੇਰੇ ਜਵਾਕਾਂ ਨੇ ਮੈਨੂੰ ਹਰਾ ਦਿੱਤਾ ਕੋਚ ਸਾਹਿਬ ਨਹੀਂ ਸੱਜਾ ਸਾਹਿਬ ਤੁਸੀਂ ਆਪ ਹੀ ਕਹਿੰਦੇ ਹੁੰਦੇ ਕਿ ਭੰਗੜਾ ਪਿਆਰ ਵਧਾਉਣ ਦਾ ਤਰੀਕਾ ਹੀ ਆ ਕਈ ਵਾਰ ਬਹੁਤ ਦੇਰ ਬਾਅਦ 'ਚ ਸਮਝ ਆਉਂਦੀ ਹੈ ਕਿ ਜੇ ਪਿਆਰ ਵਧਾਉਣਾ ਤਾਂ ਹਾਰ ਵੀ ਮਨਜ਼ੂਰ ਕਰਨੀ ਪੈਂਦੀ ਹੈ ਕਰਨ ਬਹੁਤ ਖੁਸ਼ ਹੈ ਹਾਂ ਭੰਗੜਾ ਬਹੁਤ ਵਧੀਆ ਪਾਇਆ ਉਹਨੇ ਵੇਖਿਆ ਉਸਤਾਦ ਹੀ ਕਹਿੰਦੇ ਭੰਗੜਾ ਤੇ ਵਧੀਆ ਪਾਉਣਾ ਹੀ ਪੰਮੇ 14 ਸਾਲ ਸਾਥ ਸਾਂਭਿਆ ਤੋਂ ਜੇ ਪਹਿਲਾਂ ਪਤਾ ਹੁੰਦਾ ਤਾਂ ਦੁਨੀਆ ਕੁਛ ਹੋਰ ਹੀ ਹੋਣੀ ਸੀ ਪਹਿਲਾਂ ਪਤਾ ਲੱਗ ਜਾਂਦਾ ਤੇ ਉਸ ਸਾਲ ਮੈਨੂੰ ਰੋਲ ਨੰਬਰ ਮਿਲ ਜਾਣਾ ਸੀ ਮੇਰੀ BSc ਕੰਪਲੀਟ ਹੋ ਜਾਣੀ ਸੀ ਜੋਬ ਮਿਲ ਜਾਣੀ ਸੀ ਟੀਚਰ ਦੀ ਤਰਨ ਤਾਰਨ ਦੇ ਲਾਗੇ ਕਿਸੇ ਸਕੂਲ 'ਚ ਬੜਾ ਵਧੀਆ ਟੀਚਰ ਹੋਣਾ ਸੀ ਮੈਂ ਭੰਗੜਾ ਸਿਖਾਇਆ ਕਰਨਾ ਉਹਨਾਂ ਬੱਚਿਆਂ ਨੂੰ ਤੇਰੀ ਵੀ ਅਕੈਡਮੀ ਹੋਣੀ ਸੀ ਪੇਂਟਿੰਗ ਦੀ ਮਹਿੰਗੀਆਂ ਮਹਿੰਗੀਆਂ ਪੇਂਟਿੰਗ ਵੀ ਕਿਆ ਕਰਨੀਆਂ ਤੇਰੀਆਂ ਪੇਂਟਿੰਗ ਮੇਰਾ ਪ੍ਰੋਫੈਸ਼ਨ ਨਹੀਂ ਹੋਬੀ ਹੈ ਮੈਂ ਸਾਰਾ ਦਿਨ ਤੇਰੀਆਂ ਪੇਂਟਿੰਗਸ ਬਣਾਇਆ ਕਰਦੀ ਮੈਂ ਵਿਹਲਾ ਥੋੜ੍ਹਾ ਹੋਣਾ ਸੀ ਐਵੇਂ ਕਿਹੜਾ ਦੋ ਦੋ ਘੰਟੇ ਖਲੋਤਾ ਰਹੇ ਪੇਂਟਿੰਗ ਬਣਾਉਣ ਨੂੰ ਸੱਚ ਉਸ ਦਿਨ ਮੈਂ ਤੇਰੇ ਘਰ ਗਿਆ ਸੀ ਮੈਂ ਤੇਰੇ ਹਸਬੈਂਡ ਦੀ ਪੇਂਟਿੰਗ ਨਹੀਂ ਵੇਖੀ ਗਈ ਉਹ ਵੀ ਕਿਹੜਾ ਵੇਲਾ ਉਹਨੂੰ ਵੀ 100 ਕੰਮ ਨੇ ਬੰਦੇ ਇੱਕੋ ਜਿਹੇ ਹੁੰਦੇ ਨਾ ਸਾਰੇ
फिर भी उस दुनिया विच कुछ तो वखरा होना सी। प्रधान रोटी नहीं पकी हले। तुसी मैनू क्या रोटी पकाउण नू? वेखला प्रधान सोचा ही पी अपना घर लवांगे, चैन ना रवांगे, एक तू होएंगी एक मैं होऊंगा। मतलब मेरा भरा नहीं होऊंगा? ओ यार मैं ओ कदों गल कीती, पूरी गल ते सुन ला। एक तू होएंगी एक मैं होऊंगा, एक तेरा भरा होऊंगा। आ नाले अपने यारा दोस्तां नू कह दो कि शू बाहर ला के आया कर, नहीं तो देख लियो। सत श्री अकाल भाजी। भैणे मैं आ गया। ओ तू इनी छेती आ गया? ओ फिल्म वधिया लगी, मैं बचाल छड़ के आ गया। पर तू ते काम ते गया ही। पहला मैनू काम नहीं वधिया लगे सीगा, ओ बचाल छड़ के मैं फिल्म वेखण गया, ओ भी वधिया लगी। चीजा जी पता नहीं क्यों गया, अजकल मैनू कुछ वधिया लग नहीं रहा। सवाए तुहाडे चेहरे दे जिहड़ा मैनू वेख के खिड़ जांदा आ गया मेरा सालिया। जे तुहाडे इस चेहरे करके ना मैं घर नहीं छड़ के जा रहा, नहीं तो मेरे दोस्त लैलपुर कालेज वाले मैनू रोज बजा मारदे वी आ साडे कोल रह, तेरा जीजा किसी काम का नहीं। मैं कहना ना हो किसी काम का, हर बंदा काम थोड़ी हुंदा, मैं छड़ के जाना ही नहीं। ओ शूज तेरे गंदे आ। तुहानू शूज दी पई है जिहड़ा मैं भुखा होता, कोई चक्कर नहीं भैणे कुछ खाण होएगा।